ਖਸਮ ਛੋੜ ਦੁਜੈ ਲਗੇ ਡੁੱਬੇ ਸੇਵਣ ਜਾ ਰਿਆ ਸਤ ਗੁਰੂ ਹੈ ਬੁਹਿ ਥਾ ਵਿਰਲੈ ਕਿਨ ਵਿਚਾਰਿਆ ਕਰ ਕਿਰਪਾ ਪਰ ਉਤਾਰਿਆ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤਨਾਸਰੀ ਮਹਲਾ 5 ਘਰ 12 ਵਾਂ ਬੰਦਨਾ ਹਰ ਬੰਦਨਾ ਗੁਣ ਗਾਉ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਉ ਗੋਪਾਲ ਰਾਏ ਰਹਾਉ ਵੱਡਾ ਭਾਗ ਭੀਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੁ ਹਰ ਰੰਗੇ ਭਾਰਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਨਾਈ ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਨਾਈ ਪਰਮ ਸਨਮਾਨਯੋਗ ਤਨ ਤਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰਪਿਆਰੀ ਸਾਧ ਸੰਗਤ ਜੀਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ਹੋਏ ਇਸ ਗੁਰਮਤ ਸਮਾਗਮ ਦੇ ਵਿੱਚ ਆਪ ਸਾਰੇ ਬੜੇ ਪਿਆਰ ਨਾਲ ਹਾਜ਼ਰੀ ਭਰ ਰਹੇ ਹੋ ਵੈਸੇ ਮੂਲ ਨਾਨਕ ਸਹੀ ਕਲੈਂਡਰ ਦੇ ਅਨੁਸਾਰ 17 ਭਾਦਰੋਂ ਨੂੰ 1 ਸਤੰਬਰ ਨੂੰ ਗੁਰੂ ਨਾਨਕ ਸਹਿ ਮਹਾਰਾਜੀ ਦਾ ਧੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮੂਲ ਲੰਨ ਸਾਈ ਕੈਲੰਡਰ ਮੁਤਾਬਕ ਹਰ ਸਾਲ ਆਉਂਦਾ ਹੈ ਜਿਵੇਂ ਮੇਰੇ ਤੋਂ ਪਹਿਲਾਂ ਆਪ ਜੀ ਨੂੰ ਵੀਰ ਜੀ ਹੁਣ ਅਦਾਸੀ ਦਿੱਤਾ ਹੈ ਕਿ ਮੂਲ ਲੰਨ ਸਾਈ ਕੈਲੰਡਰ 2000 3 ਦੇ ਵਿੱਚ ਜੋ ਸਰਦਾਰ ਪਾਲ ਸਿੰਘ ਪੂਰੇਵਾਲ ਕੈਨੇਡਾ ਨਿਵਾਸੀ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਤਿਆਰ ਕਰਕੇ ਅਕਾਲ ਤਖਤ ਤੋਂ ਪ੍ਰਵਾਨਗੀ ਕਰਵਾਈ ਸੀ ਉਹ ਕੈਲੰਡਰ ਲਗਾਤਾਰ 3 ਤੋਂ ਲੈ ਕੇ 9 ਤੱਕ 6 ਸਾਲ ਉਹ ਪੂਰੀ ਕੌਮ ਦੇ ਵਿੱਚ ਕੈਲੰਡਰ ਲਾਗੂ ਰਿਹਾ ਪਰ ਕੁਝ ਡੇਰੇਦਾਰਾਂ ਨੂੰ ਕਹਿ ਲਈਏ ਇਹ ਕੈਲੰਡਰ ਪਸੰਦ ਨਹੀਂ ਸੀ ਹੁਣ ਜਿਨ੍ਹਾਂ ਨੂੰ ਗੁਰਮਤ ਦਾ ਨਹੀਂ ਪਤਾ ਜਿਨ੍ਹਾਂ ਨੇ ਗੁਰਮਤ ਦੀ ਕਿਉਂਕਿ ਉਹਦੇ ਵਿੱਚ ਵਜ੍ਹਾ ਇੱਕ ਬਹੁਤ ਵੱਡਾ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇੱਥੇ ਬੈਠ ਕੇ ਤੁਸੀਂ ਬਾਣੀ ਦੀ ਵਿਚਾਰ ਨੂੰ ਸਮਝਣਾ ਹੈ ਜਿਸ ਪਖੰਡਵਾਦ ਵਿੱਚੋਂ ਸਾਨੂੰ ਗੁਰਦੇਵ ਨੇ ਬਹੁਤ ਲੰਮਾ ਟਾਈਮ ਲਾ ਕੇ ਕੱਢਿਆ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਸਾਡੇ ਘਰਾਂ ਵਿੱਚ ਉਹੋ ਹੀ ਪਖੰਡਵਾਦ ਫਿਰ ਨਜ਼ਰ ਆ ਰਿਹਾ ਹੈ ਉਹਦਾ ਕਾਰਨ ਹੈ ਕਿਸੇ ਆਪਣੇ ਘਰਾਂ ਵਿੱਚੋਂ ਖੁਦ ਬਾਣੀ ਪੜਨੀ ਵਿਚਾਰਨੀ ਖੁਦ ਸਮਝਣੀ ਛੱਡ ਬੈਠੇ ਅਸੀਂ ਕਿਸੇ ਦੇ ਨਿਰਭਰ ਹੋ ਗਏ ਵੀ ਕੋਈ ਸਾਨੂੰ ਆਸ਼ੀਰਵਾਦ ਦੇਵੇ ਸ਼ਹਿਦ ਏਦਾਂ ਗੱਲ ਬਣ ਜਾਏ ਅਸੀਂ ਗੁਰੂ ਗਿਆਨ ਗੁਰੂ ਉਪਦੇਸ਼ ਜੋ ਸਾਨੂੰ ਗੁਰੂ ਸਾਹਿਬ ਜੀ ਨੇ ਏਡਾ ਵੱਡਾ ਖਜ਼ਾਨਾ ਸਾਨੂੰ ਬਾਣੀ ਦਾ ਬਖਸ਼ਿਸ਼ ਕੀਤਾ ਸੀ ਉਸ ਵਿਚਾਰ ਧਾਰਾ ਤੋਂ ਕਿਤੇ ਨਾ ਕਿਤੇ ਅਸੀਂ ਪਾਸੇ ਹੋ ਗਏ ਜਿਵੇਂ ਅਸੀਂ ਬਾਕੀ ਸਾਰੇ ਕੰਮ ਆਪਣੀ ਜ਼ਿੰਦਗੀ ਚ ਆਪ ਕਰਨਾ ਪਸੰਦ ਕਰਦੇ ਆਂ ਪਰ ਜਦੋਂ ਗੱਲ ਬਾਣੀ ਪੜਨ ਤੇ ਵਿਚਾਰਨ ਦੀ ਆਉਂਦੀ ਉਦੋਂ ਅਸੀਂ ਦੂਜੇ ਤੇ ਡਿਪੈਂਡ ਹੋ ਜਾਂਦੇ ਆਂ ਕਿ ਕੋਈ ਸਾਡੇ ਲਈ ਕਰੇ ਖਾਣਾ ਆਪ ਖਾਵਾਂਗੇ ਤੇ ਸਾਡੀ ਭੁੱਖ ਮਿਟੇਗੀ ਦੂਜੇ ਬੰਦੇ ਦਾ ਖਾਧਾ ਹੋਇਆ ਖਾਣਾ ਮੇਰੀ ਭੁੱਖ ਨਹੀਂ ਮਿਟਾ ਸਕਦਾ ਕਿਸੇ ਦੂਜੇ ਦਾ ਪੜਿਆ ਹੋਇਆ ਗਿਆਨ ਕਿਸੇ ਦੂਜੇ ਦੀ ਕੀਤੀ ਹੋਈ ਸਟੱਡੀ ਦਾ ਉਹਨੂੰ ਤੇ ਫਾਇਦਾ ਹੋ ਸਕਦਾ ਹੈ ਜੇ ਮੈਂ ਆਪਣੀ ਜ਼ਿੰਦਗੀ ਵਿੱਚ ਕੁਝ ਲਾਭ ਲੈਣਾ ਚਾਹੁੰਦਾ ਤਾਂ ਹਾਂ ਇਹ ਕੰਮ ਕਰ ਸਕਦਾ ਕਿ ਉਹਦੇ ਦੱਸੇ ਹੋਏ ਵਿਚਾਰ ਮੁਤਾਬਕ ਹੁਣ ਹਰ ਬੰਦਾ ਡਾਕਟਰ ਨਹੀਂ ਬਣ ਸਕਦਾ ਪਰ ਡਾਕਟਰ ਦੀ ਦਿੱਤੀ ਹੋਈ ਸਲਾਹ ਨਾਲ ਦਵਾਈ ਤੇ ਖਾ ਸਕਦਾ ਹੈ ਨਾ ਹੁਣ ਜਿਹੜਾ ਬੰਦਾ ਨਹੀਂ ਪੜ ਸਕਦਾ ਜੇ ਨਹੀਂ ਪੜ ਸਕਦਾ ਪਰਿਵਾਰ ਦਾ ਕੋਈ ਜੀ ਤੇ ਹੈਗਾ ਨਾ ਜਿਹੜਾ ਪੜ ਸਕਦਾ ਉਹਦੇ ਕੋਲ ਬਹਿ ਕੇ ਸੁਣਿਆ ਜਾ ਸਕਦਾ ਸਾਨੂੰ ਐਡਾ ਵੱਡਾ ਖਜ਼ਾਨਾ ਬਾਣੀ ਦਾ ਬਖਸ਼ਿਸ਼ ਕੀਤਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਬਾਣੀ ਨੂੰ ਪੜ੍ਹੀਏ ਸਮਝੀਏ ਵਿਚਾਰੀਏ ਤੇ ਆਪਣੀ ਜ਼ਿੰਦਗੀ ਵਿੱਚ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਜਦੋਂ ਸਵੇਰੇ ਆਪਣੇ ਬੈੱਡ ਤੋਂ ਆਪਣੇ ਮੰਜੇ ਤੋਂ ਉੱਠਦੇ ਆ ਉਦੋਂ ਤੋਂ ਲੈ ਕੇ ਰਾਤ ਸੌਣ ਤੱਕ ਅਸੀਂ ਆਪਣੀ ਜ਼ਿੰਦਗੀ ਦਾ ਜੋੜ ਘਟਾਉ ਕਰਨਾ ਹੈ ਵੀ ਮੈਂ ਕੀ ਕੰਮ ਕੀਤਾ ਹੈ ਕਿਹੜਾ ਕੰਮ ਹੈ ਆਪਣੀ ਜ਼ਿੰਦਗੀ ਚੰਗਾ ਕੀਤਾ ਹੈ ਕਿਉਂਕਿ ਬੰਦੇ ਨੂੰ ਆਪਣੇ ਕੰਮਾਂ ਬਾਰੇ ਸਭ ਤੋਂ ਵੱਧ ਪਤਾ ਹੁੰਦਾ ਮੈਂ ਕਿੰਨੇ ਕੰਮ ਚੰਗੇ ਕਰਦਾ ਤੇ ਕਿੰਨੇ ਕੰਮ ਮਾੜੇ ਕਰਦਾ ਅਜੇ ਬਾਕੀ ਗੱਲਾਂ ਬਾਰੇ ਆਪਾਂ ਕਹਿ ਸਕਦੇ ਆ ਪਰ ਇਨਸਾਨ ਨੂੰ ਆਪਣੇ ਕੰਮਾਂ ਬਾਰੇ ਤੇ ਪਤਾ ਹੀ ਹੈ ਨਾ ਤੋ ਆਉ ਗੁਰੂ ਪਾਸ਼ਾ ਕਿਰਪਾ ਕਰਨ ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਰਾਗ ਤਨਾਸਰੀ ਵਿੱਚ ਇਹ ਸ਼ਬਦ ਘਰ 12ਵੇਂ ਦੇ ਵਿੱਚ ਉਚਾਰਨ ਕੀਤਾ ਹੋਇਆ 683 ਅੰਕ ਤੇ ਇਹ ਸ਼ਬਦ ਸੁਭਾਇਮਾਨ ਹੈ 83 ਤੋਂ ਆਰੰਭ ਹੋ ਕੇ 84 ਨੰਗਰ ਅੰਕ ਦੇ ਉੱਪਰ ਇਹ ਸ਼ਬਦ ਸਮਾਪਤ ਹੁੰਦਾ ਹੈ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਬੜੇ ਆਦਬ ਨਾਲ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਕੇ ਇੱਕ ਵਾਰ ਸ਼ਬਦ ਦੀਆਂ ਇਹਨਾਂ ਤੁਕਾਂ ਦਾ ਪਾਠ ਕਰ ਲਈਏ ਤਾਂ ਕਿ ਸਾਡਾ ਮਨ ਸ਼ਬਦ ਦੀ ਵਿਚਾਰ ਵਾਸਤੇ ਤਿਆਰੀ ਵੀ ਚਾ ਸਕੇ ਸਾਰੀ ਸੰਗਤ ਬੜੇ ਪਿਆਰ ਨਾਲ ਬਾਣੀ ਨੂੰ ਗਾਉਣਾ ਹੈ ਫਿਰ ਆਪਾਂ ਰਲ ਮਿਲ ਕੇ ਬਾਣੀ ਦੇਆਂ ਵਿਚਾਰਾਂ ਦੀ ਸਾਂਝ ਪਾਵਾਂਗੇ ਸਾਰੀ ਸੰਗਤ ਹਾਜ਼ਰੀ ਲਵਾਓ ਜੀ ਬੰਦਨਾ ਹਰ ਬੰਦਨਾ 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 ਵੰਦਨਾ ਹਰ ਵੰਦਨਾ ਵੰਦਨਾ ਹਰ ਵੰਦਨਾ ਵੰਦਨਾ ਹਰ ਗੱਤ ਨਾਮ ਗੁਣ ਗਾਵੋ ਗੋਪਾਲ ਰਾਏ ਗੁਣ ਗਾਵੋ ਗੋਪਾਲ ਰਾਏ ਗਾਵੋ ਗੋਬਾਨ ਰਾਏ ਵਾ ਵਾ ਗੁਣ ਗਾਵੋ ਗੋਪਾਲ ਰਾਏ ਗੁਣ ਗਾਵੋ ਗੋਪਾਲ ਰਾਏ ਗੁਣ ਗਾਵੋ ਗੋਪਾਲ ਰਾਏ ਗੁਣ ਗਾਵੋ ਗੋਪਾਲ ਰਾਏ ਵੱਡੇ ਭਾਗ ਭੇਟੇ ਗੁਰਦੇਵਾ ਵੱਡੇ ਭਾਗ ਭੇਟੇ ਗੁਰਦੇਵਾ ਵਾ ਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਵਾ ਵਾ ਕੋਟ ਪ੍ਰਾਦ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੈ ਚਰਨ ਕਮਲ ਜਾਂ ਕਾ ਮਨ ਰਾਪੈ ਸੋਗ ਅਗਾਨਾ ਤਿਸ ਜਨ ਨਾ ਵਿਆਪੈ ਸੋਗ ਅਗਾਨਾ ਤਿਸ ਜਨ ਨਾ ਵਿਆਪੈ ਵਾ ਵਾ ਸਾਗਰ ਤਰਿਆ ਸਾਧੂ ਸੰਗੇ ਸਾਗਰ ਤਰਿਆ ਸਾਧੂ ਸੰਗੇ ਵਾਹ ਵਾਹ ਸਭ ਦਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ 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 ਭਰ ਤਨ ਦੋਖ ਕਿਛ ਪਾਪ ਨਾ ਫੇੜੇ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਪਰ ਤਨ ਦੋਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨ ਆਵੇ ਨੇੜੇ ਜਮ ਜੰਦਾਰ ਨ ਆਵੇ ਨੇੜੇ ਤ੍ਰਿਸ਼ਨਾਯਾ ਗਾਣਾ ਪ੍ਰਭ ਆਪ 부ਝਾਈ ਤ੍ਰਿਸ਼ਨਾਯਾ ਗਾਣਾ ਪ੍ਰਭ ਆਪ 부ਝਾਈ ਵਾ ਵਾ ਨਾਨਕ ਉਧਰੇ ਪ੍ਰਭ ਸ਼ਰਨਾਈ ਨਾਨਕ ਉਧਰੇ ਪ੍ਰਭ ਸਰਨਾਈ ਸੁਖੁ ਦਰੇ ਕਉ ਸਰਨਾਈ ਵਾ ਵਾ ਸੁਖੁ ਦਰੇ ਪ੍ਰਭ ਸਰਨਾਈ ਨਾਨਕ ਉਧਰੇ ਪ੍ਰਭ ਸਰਨਾਈ ਨਾਨਕ ਉਧਰੇ ਪ੍ਰਭ ਸਰਨਾਈ ਵੰਦਨਾ ਹਰ ਵੰਦਨਾ ਵੰਦਨਾ ਹਰ ਵੰਦਨਾ ਵੰਦਨਾ ਹਰ ਵੰਦਨਾ ਗੁਣ ਗਾਓ ਗੋਪਾਲ ਰਾਏ ਗੁਣ ਗਾਓ ਗੋਪਾਲ ਰਾਏ ਗਾਓ ਗੋਪਾਲ ਰਾਏ ਵਾ ਵਾ ਕਿੰਨਾ ਪਿਆਰਾ ਉਪਦੇਸ਼ ਹੈ ਗੁਰੂ ਪੰਚਮ ਪਤਸ਼ਾਹੀ ਜੀ ਦਾ ਕਹਿੰਦੇ ਬੰਦਨ ਹਰ ਬੰਦਨ ਬੱਬੇ ਉੱਤੇ ਟਿੱਪੀ ਤਦਾਂ ਤੇ ਨੰਨੇ ਨੂੰ ਕੰਨਾ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਦਾ ਅਰਥ ਹੁੰਦਾ ਹੈ ਨਮਸਕਾਰ ਕਰਨਾ ਬੰਦਨਾ ਕਰਨੀ ਡੰਡੌਤ ਕਰਨੀ ਵਾਹਿਗੁਰੂ ਕਿਹਨੂੰ ਕਰਨੀ ਹੈ ਬੰਦਨਾਂ ਕਿਹਦੇ ਅੱਗੇ ਸਜਦਾ ਕਰਨਾ ਹੈ ਕਿਹਦੇ ਬੰਦਨਾਂ ਹਰ ਬੰਦਨ ਬੰਦਨਾ ਕਰਨੀ ਹੈ ਹਰੀ ਅੱਗੇ ਹੁਣ ਸਵਾਲ ਪੈਦਾ ਹੋ ਗਿਆ ਹਰੀ ਅੱਗੇ ਬੰਦਨਾ ਕਿਵੇਂ ਕਰਾਂਗੇ ਉਹ ਤੇ ਨਿਰਆਕਾਰ ਹੈ ਉਹਦੇ ਬਾਰੇ ਆਪਾਂ ਰੋਜ਼ ਹੀ ਪੜਦੇ ਆ ਵੀ ਨਿਰੰਕਾਰ ਉਹਦਾ ਤੇ ਰੂਪ ਕੋਈ ਇੱਕ ਨਹੀਂ ਉਹ ਤੇ ਸਹਸ ਤਵ ਨੈਨ ਸਾਰੇ ਬੋਲੋ ਸੈਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਰਗੁਣ ਹੋਣ ਕਰਕੇ ਉਹਦੀਆਂ ਸਾਰੀਆਂ ਹੀ ਅੱਖਾਂ ਨੇ ਜਿੰਨੀਆਂ ਅੱਖਾਂ ਵੇਖਦੇ ਪਏ ਆ ਸਾਰੀਆਂ ਅੱਖਾਂ ਉਹਦੀਆਂ ਨੇ ਸਾਰੇ ਪੈਰ ਉਹਦੇ ਨੇ ਸਾਰੇ ਨਾਕ ਉਹਦੇ ਨੇ ਸੈਸ ਤਵ ਨੈਨ ਨਨ ਨੈਨ ਹੈ ਤੋਏ ਕੋ ਉਹਦੀ ਇੱਕ ਵੀ ਅੱਖ ਨਹੀਂ ਉਹਦੀਆਂ ਸਾਰੀਆਂ ਅੱਖਾਂ ਨੇ ਰੂਪ ਦੋ ਨੇ ਸਰਗੁਣ ਤੇ ਨਿਰਗੁਣ ਨਿਰਗੋਣ ਜਿਹੜਾ ਦਿਸਦਾ ਨਹੀਂ ਸਰਗੋਣ ਜਿਹੜਾ ਦਿਖਾਈ ਦਿੰਦਾ ਜੋ ਆਪਾਂ ਵੇਖ ਰਹੇ ਹੁਣ ਉਹਦੀ ਗੜੀ ਨਮਸਕਾਰ ਕਿਦਾਂ ਕਰਨੀ ਬਾਦਸ਼ਾਹ ਕਦੇ ਬੰਦਨ ਆ ਹਰ ਬੰਦਨ ਬੰਦਨਾ ਕਰ ਹਰੀ ਅੱਗੇ ਬੰਦਨਾ ਕਰ ਤੇ ਜਵਾਬ ਆਇਆ ਕਿਤੇ ਗੁਣ ਗਾਵੋ ਗੋਪਾਲ ਰਾਏ ਗੋਪਾਲ ਦੇ ਗੁਣ ਗਾਉਣੇ ਹੀ ਉਸ ਮਾਲਕ ਹਰੀ ਵੈਗੁਰੂ ਦੇ ਅੱਗੇ ਬੰਦਨਾ ਕਰਨੀ ਹੈ ਉਹਦੇ ਗੁਣਾ ਨੂੰ ਗਾਇਨ ਕਰਨਾ ਹੀ ਉਦੇ ਅੱਗੇ ਸਿਰ ਝਕਾਉਣਾ ਹੈ ਹੁਣ ਗੋਦ ਅਰਥ ਹੈ ਧਰਤੀ ਪਾਲ ਦਾ ਅਰਥ ਹੈ ਧਰਤੀ ਨੂੰ ਪਾਲਣ ਵਾਲਾ ਜਿਹੜਾ ਧਰਤੀ ਦੀ ਪ੍ਰਤ ਪਾਲਣਾ ਪਿਆ ਕਰਦਾ ਹੈ ਹਜ਼ੂਰ ਫਰਮਾਉਂਦੇ ਨੇ ਬੰਦਨਾ ਹਰ ਬੰਦਨਾ ਗੁਣ ਗਾਵੋ ਸਾਰੇ ਬੋਲੋ ਭਾਈ ਬਾਣੀ ਨਾਲ ਨਾਲ ਪੜੋ ਗੁਣ ਗਾਵੋ ਹਾਂ ਐਦਾਂ ਹੰਗਾਰਾ ਦਿਓ ਪਤਾ ਲੱਗੇ ਵੀ ਇੰਨੇ ਸਰੋਤੇ ਬਾਣੀ ਪੜਨ ਵਾਲੇ ਬੈਠੇ ਨੇ ਬੰਦਨਾ ਹਰ ਬੰਦਨਾ ਬੰਦਨਾ ਗੁਣ ਗਾਵੋ ਗੋਪਾਲ ਰਾਏ ਗੋਪਾਲ ਗੋਦਾਰ ਤੇ ਧਰਤੀ ਪਾਲਦਾਰ ਤੇ ਧਰਤੀ ਨੂੰ ਪਾਲਣ ਵਾਲਾ ਗੋਦਾਰ ਤੇ ਧਰਤੀ ਬਿੰਦਦਾਰ ਤੇ ਮਾਲਕ ਗੋਬਿੰਦ ਜਦੋਂ ਆਪਾਂ ਕਹਿੰਦੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਦਾਰ ਤੇ ਧਰਤੀ ਬਿੰਦਦਾਰ ਤੇ ਧਰਤੀ ਦਾ ਮਾਲਕ ਸਮੁੱਚੀ ਕਾਇਨਾਤ ਦਾ ਮਾਲਕ ਸਾਰੇ ਬੰਨੇ ਵਿਆਪਕ ਹੈ ਕੋਈ ਜਗ੍ਹਾ ਐਸੀ ਨਹੀਂ ਫਿਰ ਉਹਨੂੰ ਨਮਸਕਾਰ ਕਰਨ ਦਾ ਕੀ ਅਰਥ ਹੋਇਆ ਉਹਦੇ ਗੁਣ ਗਾਉਣੇ ਅੱਛਾ ਗੁਣ ਗਾਉਣ ਦਾ ਕੀ ਅਰਥ ਹੋਇਆ ਵੀ ਆਪਾਂ ਕਹੀਏ ਨਿਰਪਉ ਹੈ ਉਹ ਨਰਵੈਰ ਹੈ ਉਹ ਅਜੂਨੀ ਹੈ ਉਹ ਵੱਡਾ ਹੈ ਇਹ ਗੁਣ ਗਾਉਣੇ ਨੇ ਇਦਾਂ ਤੇ ਸਾਰੇ ਗਾਈ ਜਾਂਦੇ ਨੇ ਗੁਣ ਗਾਉਣ ਦਾ ਅਰਥ ਹੈ ਉਹਨਾਂ ਗੁਣਾ ਨੂੰ ਆਪਣੀ ਜ਼ਿੰਦਗੀ ਵਿੱਚੋਂ ਪ੍ਰਗਟ ਕਰਨਾ ਆਪਣੀ ਜ਼ਿੰਦਗੀ ਵਿੱਚੋਂ ਗੁਣ ਲੈ ਕੇ ਆਉਣੇ ਜੇ ਪ੍ਰਮਾਤਮਾ ਨਰਵੈਰ ਹੈ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਰਵੈਰ ਹੋਈਏ ਜੇ ਪ੍ਰਮਾਤਮਾ ਨਿਰਪਉ ਹੈ ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਨਿਰਪਉ ਹੋਈਏ ਜੇ ਮੈਂ ਪੜੀ ਨਰਵੈਰ ਜਾਵਾਂ ਤੇ ਅੰਦਰੋਂ ਵੈਰ ਨਾਲ ਭਰਿਆ ਹੋਵਾਂ ਇੱਕ ਦੂਜੇ ਦੇ ਪ੍ਰਤੀ ਦੱਸੋ ਜੀ ਸਾਡਾ ਨਰਵੈਰ ਪੜਨ ਦਾ ਕੋਈ ਅਰਥ ਰਹਿ ਗਿਆ ਬੋਲੋ ਸਾਧ ਸੰਗਤ ਜੀ ਬੋਲੋ ਭਾਗਾਂ ਵਾਲਿਓ ਨਾਲ ਨਾਲ ਵੇਖੋ ਜੀ ਕਥਾ ਮੈਂ ਇਕੱਲੇ ਨਹੀਂ ਕਰਨੀ ਕਥਾ ਨਾਲ ਨਾਲ ਤੁਹਾਨੂੰ ਵੀ ਕਰਨੀ ਪਣੀ ਹਾਜ਼ਰੀ ਲਵਾਉਣੀ ਪੈਣੀ ਹੈ ਫੇਰ ਗੱਲ ਬਣਨੀ ਹੈ ਜਦੋਂ ਆਪਾਂ ਵੈਸੇ ਇਹ ਜਿਹੜੀਆਂ ਹੁੰਦੇ ਗੁਰਦੁਆਰੇ ਵਿੱਚ ਦੀਵਾਨ ਹੁੰਦੇ ਇੱਕ ਕਲਾਸ ਦੀ ਤਰ੍ਹਾਂ ਹੁੰਦੇ ਨੇ ਜਿਵੇਂ ਆਪਾਂ ਬੱਚੇ ਨੂੰ ਸਕੂਲ ਲੈ ਕੇ ਜਾਂਦੇ ਆ ਜਿਹੜਾ ਬੱਚਾ ਕਲਾਸ ਵਿੱਚ ਟੀਚਰ ਦੀ ਜਿੰਦੀ ਵੀ ਉੱਥੇ ਪੜ੍ਹਾਈ ਹੋ ਰਹੀ ਉਹਦੇ ਵਿੱਚ ਪੂਰਾ ਮਨ ਲਾ ਕੇ ਬੈਂਦਾ ਹੈ ਨਾ ਉਹਨੂੰ ਕਿਸੇ ਟਿਊਸ਼ਨ ਦੀ ਲੋੜ ਨਹੀਂ ਪੈਂਦੀ ਬਾਅਦ ਵਿੱਚ ਉਹ ਨਾਲ ਨਾਲ ਹੀ ਸਬਜੈਕਟ ਕਲੀਅਰ ਕਰੀ ਜਾਂਦਾ ਹੈ ਇਹ ਵੀ ਸਾਡਾ ਇੱਕ ਸਿੱਖੀ ਦਾ ਸਕੂਲ ਹੈ ਜਿੱਥੋਂ ਦੇ ਸਾਡੇ ਪ੍ਰਿੰਸੀਪਲ ਅਧਿਆਪਕ ਉਸਤਾਦ ਗੁਰੂ ਕਹਿ ਲੋ ਜਿਹੜਾ ਮਰਜੀ ਸ਼ਬਦ ਦੇ ਲੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਸਾਰੇ ਕੀ ਹਾਂ ਸਟੂਡੈਂਟ ਆਪਾਂ ਰਲ ਕੇ ਆਪਣੇ ਗੁਰੂ ਉਸਤਾਦ ਦੇ ਲੈਸਨ ਨੂੰ ਵਿਚਾਰ ਰਹੇ ਹਾਂ ਉਹਨਾਂ ਦੇ ਸ਼ਬਦ ਨੂੰ ਉਹਨਾਂ ਦੇ ਉਪਦੇਸ਼ ਨੂੰ ਬੈਠ ਕੇ ਮੰਥਨ ਕਰ ਰਹੇ ਹਾਂ ਇੰਜ ਕਰ ਉਹ ਲੜਕ ਰਹੇ ਆ ਵੀ ਇਹਦੇ ਵਿੱਚੋਂ ਕੁਝ ਸਿੱਖਣਾ ਵਾ ਜਦੋਂ ਆਪਾਂ ਗੁਰਦੁਆਰਾ ਸਾਹਿਬ ਆਏ ਆ ਪੌੜੀਆਂ ਚੜ੍ਹੇ ਆਪਾਂ ਦੂਜੀ ਮੰਜ਼ਲ ਤੇ ਗੁਰਦੁਆਰਾ ਸਾਹਿਬੇ ਆਪਾਂ ਪਹੁੰਚ ਗਏ ਆ ਜਦੋਂ ਇੱਥੋਂ ਵਾਪਸ ਜਾਣਾ ਜਦੋਂ ਇੱਥੇ ਆਏ ਆ ਤੇ ਕਿਹੜੀ ਗੱਲ ਤਾਂ ਨਹੀਂ ਸੀ ਪਤਾ ਜਦੋਂ ਇੱਥੋਂ ਜਾਈਏ ਤੇ ਕੁਝ ਨਾ ਕੁਝ ਸਾਨੂੰ ਪਤਾ ਹੋਵੇ ਕਿ ਮੈਂ ਆਹ ਗੱਲ ਅੱਜ ਨਵੀਂ ਸਿੱਖੇ ਜਾ ਰਿਹਾ ਜਿਵੇਂ ਸਕੂਲੇ ਬੱਚਾ ਜਾਂਦਾ ਜਿੱਦਾਂ ਦਾ ਬੱਚਾ ਘਰੋਂ ਸਕੂਲੇ ਜਾਂਦਾ ਉਦੋਂ ਤੇ ਵਾਪਸ ਆਉਂਦਾ ਜੀ ਭਲਾ ਕਿ ਕੁਝ ਨਾ ਕੁਝ ਫਰਕ ਹੁੰਦਾ ਉਹਦੇ ਜੀਵਨ 'ਚ ਬੋਲੋ ਜੀ ਸਤਸੰ ਜੇ ਫਰਕ ਨਹੀਂ ਹੋਏਗਾ ਤੁਸੀਂ ਕਹੋਗੇ ਕੀ ਫਾਇਦਾ ਸਕੂਲੇ ਜਾਂਦਾ ਜੇ ਦੋ ਅੱਖਰ ਤੈਨੂੰ ਪੜ੍ਹਨੇ ਹੀ ਨਹੀਂ ਆਏ ਜੇ ਤੇਰੇ ਕੋਲ ਪੁੱਤਰ ਐਜੂਕੇਸ਼ਨ ਹੀ ਨਹੀਂ ਹੈਗੀ ਤੇ ਤੇਰੇ ਜਾਣ ਦਾ ਸਕੂਲ ਕੀ ਫਾਇਦਾ ਸਾਡਾ ਬੱਚਾ ਜਿੱਦਾਂ ਦਾ ਸਕੂਲ ਜਾਂਦਾ ਉਦਾਂ ਦਾ ਘਰ ਨਹੀਂ ਆਉਂਦਾ ਉਹਦੇ ਬੋਲਣ 'ਚ ਉਹਦੇ ਉੱਠਣ 'ਚ ਉਹਦੇ ਬੈਠਣ 'ਚ ਉਹਦੇ ਹਰ ਵਿਹਾਰ 'ਚ ਕੁਝ ਨਾ ਕਿਤੇ ਜਿਹੜੀ ਉਹਨੇ ਪੜ੍ਹਾਈ ਕੀਤੀ ਹੁੰਦੀ ਹੈ ਉਹਦਾ ਅਸਰ ਦਿਖਾਈ ਦਿੰਦਾ ਹੈ ਇਹ ਵੀ ਸਿੱਖੀ ਦਾ ਸਕੂਲ ਹੈ ਜਦੋਂ ਮੈਂ ਗੁਰਦੁਆਰਾ ਸਾਹਿਬ ਜਾਵਾਂ ਕਿ ਮੇਰੇ ਵਿਹਾਰ 'ਚ ਵੀ ਕੋਈ ਫਰਕ ਲੱਗਦਾ ਕਿ ਮੈਂ ਜਿੱਦਾਂ ਦਾ ਆਉਣਾ ਹੈ ਉਦਾਂ ਹੀ ਚਲਾ ਜਾਣਾ ਜੇ ਮੈਂ ਜਿੱਦਾਂ ਦਾ ਆਇਆ ਉਦਾਂ ਤੇ ਹੀ ਚਲਾ ਗਿਆ ਫਿਰ ਬੱਚਾ ਮੇਰੇ ਨਾਲੋਂ ਸਕੂਲ ਵਿੱਚ ਵਧੀਆ ਸਿੱਖ ਕੇ ਆਇਆ ਨਾ ਮੈਂ ਤਾਂ ਗੁਰੂ ਗੁਰਦੁਆਰੇ ਕੋਈ ਸਿੱਖੇ ਨਾ ਆਇਆ ਇੱਥੇ ਆਣ ਕੇ ਮੈਂ ਕੁਝ ਸਿੱਖਣਾ ਹੈ ਗੁਰੂਦੁਆਰੇ ਹੋਏ ਸੋਜੀ ਖਾਲੀ ਥਾਂ ਭਰਿਆ ਕਰੋ ਜੀ ਪਤਾ ਲੱਗ ਜੇ ਬਾਣੀ ਆਉਂਦੀ ਹੈ ਗੁਰੂ ਦੁਆਰੇ ਹੋਏ ਸੋਜੀ ਪਾਇਸੀ ਇਥੋਂ ਕੀ ਲੈਣਾ ਉਹਨੇ ਆਪਾਂ ਸੋਜੀ ਗਿਆਨ ਸਿੱਖਣ ਵਾਸਤੇ ਆਉਨੇ ਆ ਹੁਣ ਹਜ਼ੂਰ ਫਰਮਾਉਂਦੇ ਨੇ ਬੰਦਨ ਨਾ ਹਾਰ ਬੰਦਨ ਨਾ ਗੁਣ ਗਾਵੋ ਗੋਪਾਲ ਰਾਇ ਗੋਪਾਲ ਦੇ ਗੁਣ ਗਾਉਣੇ ਹੀ ਉਸ ਮਾਲਕ ਦੇ ਅੱਗੇ ਨਮਸਕਾਰ ਕਰਨੀ ਹੈ ਬੰਦਨਾ ਕਰਨੀ ਹੈ ਵੈਸੇ ਬਾਣੀ ਦਾ ਬੜਾ ਪਿਆਰਾ ਵਾਕ ਹੈ ਗੁਰਦੇਵ ਜੀ ਕਹਿੰਦੇ ਨੇ ਸਿੱਧਕ ਕਰ ਸਜਦਾ ਜਿੰਦਗੀ 'ਚ ਤੇਰੇ ਸਿੱਧਕ ਆ ਜਾਏ ਨਾ ਭਰੋਸਾ ਆ ਜਾਏ ਇਹੋ ਹੀ ਤੇਰੀ ਆਪਣੇ ਗੁਰੂ ਅੱਗੇ ਨਮਸਕਾਰ ਕਰਨੀ ਹੈ ਸਿੱਧਕ ਕਰ ਸਜਦਾ ਸਿੱਧਕ ਨੂੰ ਧਾਰਨ ਕਰ ਲੈ ਇਹੋ ਹੀ ਤੇਰਾ ਸਜਦਾ ਕਰਨਾ ਅੱਛਾ ਜੇ ਭਰੋਸਾ ਨਾ ਹੋਵੇ ਇੱਥੇ ਭੰਦੇ ਨਾਕਿਸ਼ ਲਾ ਲਈਏ ਨਾ ਮੱਥਾ ਟੇਕ ਟੇਕ ਕੇ ਪਾਸ਼ਾ ਕਹਿੰਦੇ ਇਹ ਪਖੰਡ ਕਰ ਰਿਹਾ ਤੂੰ ਜੇ ਵਿਸ਼ਵਾਸ ਹੈ ਨਹੀਂ ਪਰੋਸਾ ਬੜੀ ਵੱਡੀ ਚੀਜ਼ ਹੈ। ਬਿਨਾ ਪਰੋਸੇ ਤੋਂ ਹੁਣ ਘਰ ਦੇ ਵਿੱਚ ਪਿਤਾ ਤੇ ਵਿਸ਼ਵਾਸ ਨਾ ਹੋਵੇ। ਪਿਤਾ ਨਾਲ ਪੁੱਤਰ ਦੀ ਬਣਦੀ ਨਾ ਹੋਵੇ। ਪਿਤਾ ਦੀ ਪੁੱਤਰ ਗੱਲ ਨਾ ਮੰਨੇ। ਤੇ ਰੋਜ਼ ਸਿਰੇ ਉੱਠ ਕੇ ਗੋਡੀਆਂ ਹੱਥ ਲਾ ਕੇ ਜਾਵੇ ਇਮਾਨਦਾਰੀ ਨਾਲ ਜਵਾਬ ਦਿਓ। ਬਾਪ ਨੂੰ ਚੰਗਾ ਲੱਗੂ ਕਹੂਗਾ ਤੇਰੀ ਮੇਰੇ ਨਾਲ ਬਣਦੀ ਤੇ ਨਹੀਂ। ਨਾ ਤੂੰ ਮੇਰੀ ਗੱਲ ਸੁਣ ਕੇ ਰਾਜ਼ੀ ਆ। ਆ ਵਖਾਵੇ ਵਾਸਤੇ ਤੂੰ ਕੀ ਮੇਰੇ ਰੋਜ਼ ਅੱਗੇ ਸਿਰ ਝੁਕਾਈ ਜਾਣਾ ਪਿਆਰਿਆ। ਪੁੱਤਰਾ ਸਤਕਾਰ ਅੰਦਰੋਂ ਹੁੰਦਾ ਬਾਹਰ ਵਿਖਾਵੇ ਦਾ ਪਿਆਰ ਨਹੀਂ ਹੁੰਦਾ ਦਿਲੋਂ ਮੁਹੱਬਤ ਜੇ ਨਾ ਸਹੀ ਸੱਚਿਆ ਜਿਨ੍ਹਾਂ ਦੇ ਦਿਲ ਵਿੱਚ ਮੁਹੱਬਤ ਹੁੰਦੀ ਹੈ ਉਹ ਸੱਚੇ ਹੁੰਦੇ ਨੇ ਤੇ ਮਨ ਹੋਰ ਮੁਖ ਹੋਰ ਕੀ ਆਖਿਆ ਉਹਨਾਂ ਨੂੰ ਭਗਤ ਭਗਤ ਬਾਣੀ ਵਿੱਚ ਸੇ ਕਾਂਡੇ ਕੱਚਿਆ ਉਹਨਾਂ ਨੂੰ ਕੱਚੇ ਆਖਿਆ ਗਿਆ ਜਿਨ੍ਹਾਂ ਦੇ ਮਨ ਵਿੱਚ ਹੋਰ ਆ ਤੇ ਮੁਖ ਵਿੱਚ ਕੁਝ ਹੋਰ ਵਾ ਜਿਹੜੇ ਸਲਾਮ ਜਵਾਬ ਦੋਵੇਂ ਕਰੇ ਜਿਹੜੇ ਸਲਾਮ ਵੀ ਕਰਦੇ ਆ ਤੇ ਨਾਲ ਜਵਾਬ ਵੀ ਦੇ ਦਿੰਦੇ ਆ ਹਾਂਜੀ ਮਾਪੇ ਨੂੰ ਬੱਚਾ ਪਸੰਦ ਆਊਗਾ ਜਿਹੜਾ ਸਲਾਮ ਵੀ ਕਰੇ ਤੇ ਤੋੜ ਕੇ ਜਵਾਬ ਵੀ ਦੇ ਦਵੇ ਚੰਗਾ ਲੱਗਦਾ ਜੀ ਬੋਲ ਕੇ ਦੱਸੋ ਸਾਸ ਜੀ ਆਪਾਂ ਗ੍ਰਸਤੀ ਬੈਠੇ ਆ ਸਾਰੇ ਚੰਗਾ ਲੱਗਦਾ ਜੀ ਜਿਹੜਾ ਵਿਖਾਵੇ ਵਾਸਤੇ ਤੁਹਾਡੇ ਅੱਗੇ ਸਿਰ ਵੀ ਝੁਕਾ ਦਵੇ ਤੇ ਤੁਹਾਡੇ ਤੁਹਾਡੀ ਗੱਲ ਦਾ ਜਵਾਬ ਵੀ ਤੁਹਾਨੂੰ ਦੇ ਦੇਵੇ ਵੀ ਮੈਂ ਤੁਹਾਡੀ ਗੱਲ ਨਹੀਂ ਮੰਨਣੀ ਆਪਾਂ ਨੂੰ ਉਹ ਬੱਚਾ ਪਸੰਦ ਹੈ ਨਾ ਪਾਸ਼ਾ ਕੰਦੇ ਸਲਾਮ ਜਵਾਬ ਸਲਾਮ ਵੀ ਕੀਤਾ ਤੇ ਜਵਾਬ ਵੀ ਦਿੱਤਾ ਹੁਣ ਕਹੀ ਕਹਿਣਗੇ ਅਸੀਂ ਤੇ ਕਦੀ ਮਹਾਰਾ ਨੂੰ ਜਵਾਬ ਦਿੱਤਾ ਨਹੀਂ ਕੁਝ ਗੱਲਾਂ ਐਸੀ ਹੁੰਦੀਆਂ ਜਿਨ੍ਹਾਂ ਦਾ ਮੂੰਹ ਬੋਲ ਕੇ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ ਗੱਲ ਨਾ ਮੰਨੋ ਤੇ ਜਵਾਬ ਹੀ ਹੁੰਦਾ ਤਿਹਾਰ ਕੇ ਕਈ ਵਾਰੀ ਬੰਦਾ ਨਹੀਂ ਕਹਦਾ ਕਹਿੰਦਾ ਭਰਾ ਮੇਰਾ ਕੰਮ ਕਰਨਾ ਤਾਂ ਦੱਸ ਦੇ ਲਈ ਸਿੱਧਾ ਜਵਾਬ ਦੇ ਦੇ ਤੇ ਕਈ ਵਾਰੀ ਤੁਹਾਡੀ ਚੁੱਪ ਵੀ ਤੁਹਾਡਾ ਬੋਲੋ ਜੀ ਜਵਾਬ ਹੀ ਹੁੰਦੀ ਹੈ ਹੁਣ ਜਦੋਂ ਮੈਂ ਆਪਣੇ ਗੁਰੂ ਦੀ ਗੱਲ ਮੁਤਾਬਕ ਜੀਵਨ ਜੂਣਾ ਹੀ ਨਹੀਂ ਤੇ ਜਵਾਬ ਆਪੇ ਹੋ ਗਿਆ ਮੈਂ ਸਿਰ ਵਿੱਚ ਘਾਤਤਾ ਤੇ ਗੁਰੂ ਦੀ ਗੱਲ ਨੂੰ ਮੰਨਿਆ ਵੀ ਨਹੀਂ ਤੇ ਜਵਾਬ ਹੋ ਗਿਆ ਮੂੰਹ ਬੋਲ ਕੇ ਤੇ ਜਵਾਬ ਨਾ ਹੁਣ ਕਈ ਬੱਚੇ ਮੂੰਹ ਬੋਲ ਕੇ ਜਵਾਬ ਨਹੀਂ ਦਿੰਦੇ ਪਰ ਕਈਆਂ ਆਖੇਨ ਲੱਗਦੇ ਤੇ ਜਵਾਬ ਆਪਣੇ ਆਪ ਹੀ ਹੋ ਗਿਆ ਵੀ ਜਦੋਂ ਕੰਮ ਵੀ ਨਹੀਂ ਕਰਨਾ ਉਹਨੂੰ ਉਹਨੂੰ ਇੰਜ ਵੀ ਕਹਿੰਦੇ ਸੀ ਪੰਜਾਬੀ ਚ ਇੱਕ ਮੁਹਾਵਰਾ ਸੀ ਵੀ ਆਖਾਂ ਮੋੜਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਵੀ ਆਖਾਂ ਵੀ ਨਹੀਂ ਮੋੜਨਾ ਜਦੋਂ ਕੰਮ ਕਹਣਾ ਕਹਦਾ ਹਾਂਜੀ ਹਾਂਜੀ ਜ਼ਰੂਰ ਕਰੂੰਗਾ ਤੇ ਕੰਮ ਵੀ ਨਹੀਂ ਕਰਨਾ ਸਭ ਤੋਂ ਖਤਰਨਾਕ ਬੰਦਾ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਮਨਾ ਵੀ ਨਾ ਕਰੇ ਤੇ ਤੁਹਾਡਾ ਕੰਮ ਵੀ ਨਾ ਕਰੇ ਕਿ ਲੱਗਦਾ ਨਹੀਂ ਅਜੋਕਾ ਸਿੱਖ ਗੁਰੂ ਨਾਲ ਇੰਜ ਕਰ ਰਿਹਾ ਹੈ ਸਿਰ ਵੀ ਝੁਕਾਉਂਦਾ ਹੈ ਸਲਾਮ ਵੀ ਬਹੁਤ ਵਧੀਆ ਕਰਦਾ ਹੈ ਪਰ ਗੁਰੂ ਦੀ ਗੱਲ ਸੁਣ ਤੇ ਇਨਕਾਰੀ ਵੀ ਹੈ ਲੱਗਦਾ ਨਹੀਂ ਰਮਾਲਾ ਵੀ ਵਧੀਆ ਚੜਾ ਦਿੰਦਾ ਹੈ ਚੰਦਵਾ ਵੀ ਕਹਿੰਦਾ ਮਹਾਰਾਜ ਵਧੀਆ ਲਾਉਂਗਾ ਚੌਰ ਵੀ ਬਹੁਤ ਵਧੀਆ ਲੈ ਕੇ ਆਵਾਂਗਾ ਏਸੀ ਵੀ ਲਾ ਦਵਾਂਗਾ ਪੱਖਾ ਵੀ ਲਾ ਦਵਾਂਗਾ কুলਰ ਵੀ ਲਾ ਦਵਾਂਗਾ ਲੋੜ ਪੈਣ ਤੇ ਗੁਰਦੁਆਰੇ ਕਮਰਾ ਵੀ ਬਣਾ ਦਵਾਂਗਾ ਪਰ ਜੇ ਤੁਸੀਂ ਮੈਨੂੰ ਇਹ ਕਹੋ ਕਿ ਮੈਂ ਆਪਣੇ ਰੋਜ਼ ਦੇ ਕੰਮਾਂ ਚ ਬਾਣੀ ਲੈ ਕੇ ਆਵਾਂ ਇਹ ਕੰਮ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਵੀ ਰੋਜ਼ ਪ੍ਰੈਕਟੀਕਲ ਅੱਜ ਇਸੇ ਕਰਕੇ ਮਨੁੱਖ ਤਣਾਅਪੂਰਕ ਜ਼ਿੰਦਗੀ ਜੂਰਿਆ ਅੱਜ ਮਨੁੱਖ ਤਣਾਅਛ ਜ਼ਿੰਦਗੀ ਜੂਰਿਆ ਸੁੱਖ ਸਹੂਲਤਾ ਹੋਣ ਤੋਂ ਬਾਅਦ ਵੀ ਬੰਦਾ ਖਿਜਿਆ ਪਿਆ ਹੈ ਜੜਚੜਾ ਸੁਭਾ ਹੈ ਡਿਪਰੈਸ਼ਨ ਦਾ ਸ਼ਿਕਾਰ ਹੈ ਰੋਜ਼ ਕਿਤੇ ਨਾ ਕਿਤੇ ਧਮਕੀ ਦਿੰਦਾ ਮੈਂ ਤੇ ਖਤਮ ਹੀ ਹੋ ਜਾਣਾ ਮੈਂ ਤੇ ਹੁਣ ਆਪਣੇ ਆਪ ਨੂੰ ਮਾਰ ਹੀ ਲੈਣਾ ਕਿੰਨੀ ਅੱਗ ਬਲਦੀ ਹੋਏਗੀ ਇਨਸਾਨ ਦੇ ਅੰਦਰ ਜਿਹੜਾ ਆਪਣੀ ਜੀਵਨ ਲੀਲਾ ਆਪੇ ਮਰਨ ਨੂੰ ਕਿਹਦਾ ਜੀ ਕਰਦਾ ਅਸੀਂ 90 ਸਾਲ ਦਾ ਮਨੁੱਖ ਵੀ ਹਸਪੀਟਲ ਪਿਆ ਹੋਵੇ ਨਾ ਉਹਨੂੰ ਵੀ ਡਾਕਟਰ ਪੁੱਛਦਾ ਬਜ਼ੁਰਗੋ ਜੀਣਾ ਚਾਹੁੰਦੇ ਜੇ ਉਹ ਵੀ ਨਹੀਂ ਕਹੇਗਾ ਮੈਂ ਮਰਨਾ ਚਾਹੁੰਦਾ ਉਹ ਵੀ ਕਹਿੰਦਾ ਅਜੇ ਇੱਕ ਪੜਪੁੱਤਰਾ ਰਹਿੰਦਾ ਮੈਂ ਉਹਦਾ ਵਿਆਹ ਵੇਖ ਕੇ ਜਾਣਾ ਚਾਹੁੰਨਾ ਉਹ ਵੀ ਨਹੀਂ ਜਾਣਾ ਚਾਹੁੰਦਾ ਕੋਈ ਭਰ ਜਵਾਨੀ ਚ ਆਪਣੇ ਜੀਵਨ ਲੀਲਾ ਖਤਮ ਕਰ ਲੈਂਦਾ ਭਾਵੇਂ ਔਰਤ ਹੈ ਤੇ ਭਾਵੇਂ ਮਰਦ ਹੈ ਬੱਚੇ ਵੀ ਘਰ ਚ ਹੈਗੇ ਨੇ ਕਿੰਨਾ ਪ੍ਰੈਸ਼ਰ ਬਣਦਾ ਹੋਏਗਾ ਇੱਥੇ ਇੱਥੇ ਕੋਈ ਇਸ ਗੱਲੋਂ ਜਾ ਰਿਹਾ ਜੀ ਮੇਰੇ ਸਿਰ ਤੇ ਕਰਜ਼ੇ ਦੀ ਪੰਡ ਹੈ ਕੋਈ ਇਸ ਗੱਲੋਂ ਜਾ ਰਿਹਾ ਜੀ ਮੇਰੀ ਵਾਈਫ ਨਾਲ ਨਹੀਂ ਬਣਦੀ ਮੇਰੇ ਹਸਬੰਡ ਨਾਲ ਨਹੀਂ ਬਣਦੀ ਮੈਨੂੰ ਸਹੁਰਿਆਂ ਨੇ ਬੜਾ ਤੰਗ ਕੀਤਾ ਕੀ ਮਰਨਾ ਹੱਲ ਹੈ ਜ਼ਿੰਦਗੀ ਦਾ ਕੋਈ ਬੋਲੋ ਗੁਰੂ ਕੇ ਪਿਆਰੇ ਮਨ ਲੋ ਜੇ ਤੁਹਾਡੇ ਸਿਰ ਤੇ ਗਰੀਬੀ ਹੈ ਤੁਸੀਂ ਮਰ ਜਾਓਗੇ ਤੇ ਫਿਰ ਅਮੀਰੀ ਹੋ ਜਾਏਗੀ ਮਰਨਾ ਜ਼ਿੰਦਗੀ ਸਮੱਸਿਆਵਾਂ ਤੇ ਸਾਨੂੰ ਆਉਣੀ ਸਮੱਸਿਆ ਜ਼ਿੰਦਗੀ ਦਾ ਇੱਕ ਅੰਗ ਹੈ ਤੁਸੀਂ ਜ਼ਿੰਦਗੀ ਵਿੱਚੋਂ ਸਮੱਸਿਆਵਾਂ ਬਾਹਰ ਕੱਢ ਦੋ ਤੇ ਜ਼ਿੰਦਗੀ ਬੇਸਵਾਦੀ ਹੈ ਸਮੱਸਿਆਵਾਂ ਦੁੱਖ ਸਭ ਕੁਝ ਰਲ ਕੇ ਤੇ ਜੀਵਨ ਬਣਦਾ ਤੁਸੀਂ ਇੱਕ ਸ਼ਹਿਰ ਬਣਾਉਂਦੇ ਹੋ ਇੱਕ 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 ਨਵਾਂ ਸ਼ਹਿਰ ਬਣਦਾ ਹੈ ਉਸ ਸ਼ਹਿਰ ਦੇ ਵਿੱਚ ਜਿੱਥੇ ਚੰਗੇ ਚੰਗੇ ਵਿਦਿਅਕ ادارے ਬਣਦੇ ਆ ਉਥੇ ਨਾਲ ਹਸਪੀਟਲ ਵੀ ਬਣਦੇ ਆ ਨਾ ਕਿਉਂ ਸਾਹਾ ਸੰਗੇ ਜੀ ਕਿਉਂ ਬਣਾਉਨੇ ਆਪਾਂ ਵੀ ਬੰਦਾ ਕੱਲ ਨੂੰ ਕੋਈ ਬਿਮਾਰ ਵੀ ਹੋ ਸਕਦਾ ਹੈ ਗੱਡੀਆਂ ਕੰਪਨੀਆਂ ਮਗਰੋਂ ਤਿਆਰ ਕਰਦੀਆਂ ਉਹਦਾ ਸਪੇਅਰ ਸਪੇਅਰ ਪਾਰਟ ਮਾਰਕੀਟ 'ਚ ਪਹਿਲਾਂ ਆ ਜਾਂਦਾ ਹੈ ਇਹਦਾ ਮਨ ਨੂੰ ਪਤਾ ਨਾ ਵੀ ਕਿਤੇ ਇਹਦਾ ਇਹਦੀ ਬ੍ਰੇਕ ਲਾਈਟ ਵੀ ਬ੍ਰੇਕ ਲਾਈਟ ਵੀ ਟੁੱਟ ਸਕਦੀ ਹੈ ਕੋਈ ਦਾ ਬੰਪਰ ਵੀ ਫਟ ਸਕਦਾ ਹੈ ਇਹਦਾ ਕੋਈ ਫਰੰਟ ਵਾਲਾ ਸੀਸਾ ਵੀ ਡੈਮੇਜ ਹੋ ਸਕਦਾ ਹੈ ਇਹਦੇ ਤੇ ਜਿਹੜੀਆਂ ਗੱਡੀਆਂ ਦੇ ਸਪੇਅਰ ਪਾਰਟ ਮਾਰਕੀਟ ਚੋਂ ਮੁੱਕ ਜਾਣ ਨਾ ਮਿਲਣ ਉਹ ਗੱਡੀਆਂ ਹੌਲੀ-ਹੌਲੀ ਖਤਮ ਹੋ ਜਾਂਦੀਆਂ ਨੇ ਤੁਸੀਂ ਵੇਖ ਕਈ ਏਜੰਸੀਆਂ ਆਪਣੀ ਇੰਡੀਆ ਵਿੱਚੋਂ ਖਤਮ ਹੋ ਗਈਆਂ ਤੇ ਉਹ ਹੁਣ ਉਹ ਗੱਡੀਆਂ ਨੂੰ ਕੋ ਪੁੱਛਦਾ ਨਹੀਂ ਤੁਸੀਂ ਇੱਕ ਸ਼ਹਿਰ ਇੱਕ ਸ਼ਹਿਰ ਬਣਦਾ ਉੱਥੇ ਜੇਲ੍ਹਾਂ ਵੀ ਬਣਦੀਆਂ ਨੇ ਜ਼ਿੰਦਗੀ ਵਿੱਚ ਸਾਰਾ ਕੁਝ ਹੋਣਾ ਹੈ ਅਸੀਂ ਹੁਣ ਕਹੀਏ ਮੇਰੀ ਜ਼ਿੰਦਗੀ 'ਚ ਸਾਰਾ ਸੁੱਖ ਹੀ ਆ ਜਾਏ ਐਦਾਂ ਵੀ ਮੈਨੂੰ ਦੁੱਖ ਕਦੀ ਮਿਲੇ ਹੀ ਨਾ ਇਹ ਕਿੱਦਾਂ ਹੋਏਗਾ ਚਲੋ ਆਪਣੀ ਸੁਰਤ ਖੜੋ ਹਾਂ ਪੱਲਾ ਗੁਰੂ ਪੰਜਵੇਂ ਪਾਸ਼ਾ ਜੀ ਦੇ ਚਰਨਾ ਚ ਇੱਕ ਵਾਰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕੋਈ ਇੱਕ ਮਾੜਾ ਕੰਮ ਕੀਤਾ ਹੋਵੇ ਕਿਸੇ ਸਮਾਜ ਦਾ ਨੁਕਸਾਨ ਕੀਤਾ ਹੋਵੇ ਕੋਈ ਬੰਦਾ ਦੱਸੇ ਇੱਕ ਵੀ ਕਿਸੇ ਸਮਾਜ ਦਾ ਕੋਈ ਨੁਕਸਾਨ ਕੀਤਾ ਹੋਵੇ ਗੁਰੂ ਪਾਸ਼ਾ ਜੀ ਨੇ ਕਦੀ ਤੋ ਕਦੀ ਮਨ ਚ ਜੇਹਨ ਚ ਸਵਾਲ ਆਇਆ ਫਿਰ ਇੰਨੇ ਚੰਗੇ ਕੰਮ ਕਰਨ ਵਾਲੇ ਪਾਤਸ਼ਾਹ ਨੂੰ ਤਤੀ ਤਵੀ ਤੇ ਕਿਉਂ ਬਹਿਣਾ ਪਿਆ ਕੰਮ ਤੇ ਉਹਨੇ ਚੰਗੇ ਕੀਤੇ ਸੀ ਦੇਗ ਚ ਉਬਾਲਾ ਕਿਉਂ ਖਾਣਾ ਪਿਆ ਸੀਸ ਤੇ ਤੱਤਾ ਰੇਤਾ ਕੋ ਪੋਣਾ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੋਈ ਗੁਨਾਹ ਕੀਤਾ ਸੀ ਇੱਕ ਵੀ ਸਭ ਜਾਦੇ ਦਾ ਸੰਸਕਾਰ ਆਪਣੇ ਹੱਥੀ ਕਰਨ ਦਾ ਮੌਕਾ ਨਹੀਂ ਮਿਲਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਚਾਰੇ ਸਹਜਾਦੇ ਮਾਤਾ ਗੁਜਰ ਕੌਰ ਜੀ ਉਹਨਾਂ ਦੇ ਪਿਤਾ ਜੀ ਉਹ ਖੁਦ ਆਪ ਅਸੀਂ ਸਾਡੀ ਮੜੀ ਦੀ ਦੁਕਾਨ ਨਾ ਚੱਲੇ ਸਾਡੇ ਬੱਚੇ ਦੇ ਮੜੀ ਦੇ ਨੰਬਰ ਸਕੂਲ ਦੀ ਪੜ੍ਹਾਈ ਚੋਂ ਘਾਟ ਆ ਜਾਣ ਅਸੀਂ ਇੱਕਦਮ ਗਿਲਾ ਕਰਦੇ ਹਾਏ ਰੱਬਾ ਤੂੰ ਘਾਟਾ ਸਾਡੀ ਜ਼ਿੰਦਗੀ ਚ ਰੱਖਿਆ ਪਤਾ ਨਹੀਂ ਸਾਡੇ ਕਾਰੋਬਾਰ ਨੂੰ ਕਿਸੇ ਨੇ ਕੀ ਕਰ ਦਿੱਤਾ ਕੀ ਮੈਂ ਰੱਬ ਦੀ ਕਿਰਪਾ ਕਾਰੋਬਾਰਾਂ ਦੇ ਨਾਲ ਮੈਚ ਕਰਾਉਣੀ ਹੈ ਵੀ ਮੇਰਾ ਕਾਰੋਬਾਰ ਸਹੀ ਚੱਲੇ ਤਾਂ ਰੱਬ ਦੀ ਕਿਰਪਾ ਜੇ ਮੇਰੇ ਘਰ ਪੁੱਤਰ ਨਹੀਂ ਹੋਇਆ ਮੰਨ ਲਓ ਦੋ ਬੇਟੀਆਂ ਹੀ ਹੋਈਆਂ ਜਾਂ ਇੱਕ ਬੇਟੀ ਹੋਈ ਹੈ ਤੇ ਇਹਦਾ ਮਨ ਰੱਬ ਨੇ ਮੇਰੇ ਤੇ ਕਰੋਪੀ ਕਰ ਦਿੱਤੀ ਹੈ ਕੋਈ ਰੱਬ ਨੇ ਮੇਰੇ ਤੇ ਰਹਿਮਤ ਨਹੀਂ ਕੀਤੀ ਅਸੀਂ ਉਸ ਰੱਬ ਦੀ ਰਹਿਮਤ ਨੂੰ ਸਮਝਦੇ ਕੀ ਹਾਂ ਕਿ ਕਿਸੇ ਦੇ ਘਰ ਔਲਾਦ ਹੋ ਜਾਣੀ ਕਿਸੇ ਦੇ ਘਰ ਵੱਡੀ ਗੱਡੀ ਹੋ ਜਾਣੀ ਰੱਬ ਦੀ ਜਾਦੀ ਰਹਿਮਤ ਹੈ ਫਿਰ ਤੇ ਆ ਡਰਗ ਵੇਚਣ ਵਾਲੇ ਜਿਹੜੇ ਦੋ ਦੋ ਨੰਬਰ ਦੀਆਂ ਕਮਾਈਆਂ ਕਰਦੇ ਉਹਨਾਂ ਦੇ ਤੇ ਨੌਕਰਾਂ ਕੋਲ ਵੀ ਬਹੁਤ ਵੱਡੀਆਂ ਵੱਡੀਆਂ ਗੱਡੀਆਂ ਨੇ ਖੇਤ ਰੱਬ ਦੀ ਕਿਰਪਾ ਉਹਨੇ ਥੋੜਾ ਜਾ ਉੱਚੀ ਬੋਲੋ ਜੀ ਪਰ ਜਦੋਂ ਪੁਲਿਸ ਦੀ ਰੇਡ ਪੈਂਦੀ ਹੈ ਉਦੋਂ ਕਈ ਵਾਰੀ ਰਾਤ ਨੂੰ ਅੱਧੀ ਰਾਤ ਭਜਣਾ ਵੀ ਪੈਂਦਾ ਹੈ ਕਮਾਈ ਨੇਕ ਵਾਲਾ ਬੰਦਾ ਆਪਣੇ ਪਰਿਵਾਰ 'ਤੇ ਰਾਤ ਨੂੰ ਸੁੱਤਾ ਹੈ ਨਾ ਤੁਹਾਡੀ ਨੇਕ ਕਮਾਈ ਹੋਏਗੀ ਤੁਸੀਂ ਆਪਣੇ ਘਰ ਦੇ ਵਿੱਚ ਆਰਾਮ ਨਾਲ ਚੈਨ ਨਾਲ ਸੁੱਤੇ ਤੇ ਹੈਗੇ ਜੇ ਨਾ ਦੁਨੀਆਂ ਦੇ ਪਦਾਰਥਾਂ ਨਾਲ ਕਦੀ ਉਹਦੀ ਰਹਿਮਤ ਸਾਡੇ ਤੇ ਸਮਾਜ ਵਿੱਚ ਇਦਾਂ ਕਹਣਗੇ ਇੱਕ ਬਾਪ ਦੀਆਂ ਦੋ ਧੀਆਂ ਨੇ ਇੱਕ ਦੇ ਘਰ ਇੱਕ ਬੇਟੀ ਬੇਟਾ ਹੋ ਗਿਆ ਇੱਕ ਦੇ ਘਰ ਸੁਖ ਨਾ ਔਲਾਦ ਨਹੀਂ ਹੋਈ ਤੇ ਇੱਕ ਬੇਟੀ ਵਾਲੇ ਵੇਖ ਕਹਿੰਦੇ ਨੇ ਵੇਖ ਰੱਬ ਦੀ ਕਿੰਡੀ ਰਹਿਮਤ ਹੈ ਇਹਦੇ ਤੇ ਕਿੰਨਾ ਮਹਾਰਾਜ ਨੇ ਮਿਹਰ ਕੀਤੀ ਹੈ ਪੁੱਤਰ ਦੀ ਦਾਤ ਦੇਤੀ ਤੇ ਦੂਜੀ ਧੀ ਵਾਲਾ ਕਿਤੇ ਰੱਬ ਇਹਦੇ ਤੇ ਵੀ ਕਿਰਪਾ ਕਰ ਦੇਵੇ ਇਹਦਾ ਮਤਲਬ ਤੁਹਾਡੇ ਮੁਤਾਬਕ ਜੇ ਪੁੱਤਰ ਹੋ ਜਾਵੇ ਤੇ ਫੇਰ ਕਿਰਪਾ ਹੈ ਉਦਾਂ ਕਿਰਪਾ ਤੇ ਹੈ ਹੀ ਨਹੀਂ ਫੇ ਬੇਬੇ ਨਾਨਕੀ ਦੇ ਘਰ ਕਿੰਨੇ ਬੱਚੇ ਸੀ ਬਲਾ ਕਿਸੇ ਨੂੰ ਪਤਾ ਹੈ ਪਤਾ ਹੁਣਾ ਇੱਥੇ بڑے ਕੈਂਪ ਲੱਗਦੇ ਨੇ ਜੀ ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ ਭੈਣੋ ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਸੀ ਕੀ ਬੇਬੇ ਨਾਨਕੀ ਦੀ ਉੱਤੇ ਰੱਬ ਦੀ ਕਿਰਪਾ ਨਹੀਂ ਸੀ ਜੇ ਸਾਡੀਆਂ ਭੈਣਾਂ ਨੇ ਸਾਡੀਆਂ ਬੱਚੀਆਂ ਨੇ ਮਾਵਾਂ ਨੇ ਇਤਿਹਾਸ ਪੜ੍ਹਿਆ ਹੋਵੇਗਾ ਕਦੀ ਸੱਸ ਆਪਣੀ ਨੂੰ ਇਹ ਮੇੜਾ ਨਹੀਂ ਮਾਰੂ ਤੇਰੇ ਘਰ ਔਲਾਦ ਕਿਉਂ ਨਹੀਂ ਹੋਈ ਕਦੀ ਮਹਿਣਾ ਨਹੀਂ ਮਾਰੂਗੀ ਜੇ ਉਹਨੇ ਕਦੀ ਬਾਣੀਏ ਪੜ੍ਹੀ ਹੋਏਗੀ ਤੇ ਜਾਂ ਕਦੀ ਹਿਸਟਰੀ ਪੜ੍ਹੀ ਹੋਏਗੀ ਤੇ ਨਾ ਨੋ ਮਹਿਣਾ ਹੀ ਸੁਣੂ ਉਹ ਕਹੇਗੀ ਨਹੀਂ ਮਾਤਾ ਜੀ ਇੱਥੇ ਤੁਸੀਂ ਗਲਤ ਆ ਜੇ ਔਲਾਦ ਹੋਣ ਵਾਲੀ ਰੱਬ ਦੀ ਜਾਦੀ ਕਿਰਪਾ ਹੈ ਤੇ ਫਿਰ ਬੇਬੇ ਨਾਨਕੀ ਦੇ ਬਾਰੇ ਦੱਸੋ ਗੁਰੂ ਸਾਹਿਬ ਜੀ ਨੇ ਸਾਰੇ ਸਹਿਬਜ਼ਾਦੇ ਸਾਡੇ ਤੋਂ ਵਾਰ ਦਿੱਤੇ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਪੁਰਮਾਣਾਰੇ ਆ ਬਾਰੀ ਤੌਰ ਤੇ ਉਥੇ ਆਪਣੇ ਅੰਦਰ ਵੀ ਪ੍ਰਕਾਸ਼ ਲੈ ਕੇ ਆਈਏ ਬਾਣੀ ਦਾ ਗੁਰਬਾਣੀ ਸੇ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਮੇਰੀ ਦੁਕਾਨ ਦੀ ਸੇਲ ਵਧੀਆ ਹੋ ਗਈ ਐ ਤੇ ਮੈਂ ਕਹਿੰਨਾ ਅੱਜ ਬੜਾ ਰੱਬ ਤੁਠਿਆ ਮਾੜੀ ਜੀ ਸੇਲ ਘਟ ਗਈ ਤੇ ਮੈਂ ਕਹਿੰਨਾ ਹਾਏ ਰੱਬ ਪਤਾ ਨਹੀਂ ਅੱਜ ਕਿੱਥੇ ਆ ਗਿਆ ਮੇਰਾ ਨੁਕਸਾਨ ਹੋ ਗਿਆ ਬੜਾ ਵੱਡਾ ਇਹਨਾਂ ਗੱਲਾਂ ਨਾਲ ਕਦੀ ਉਹਦੀ ਰਹਿਮਤ ਨੂੰ ਮਾਪੋ ਨਾ ਕਈ ਵਾਰੀ ਤੁਸੀਂ ਜ਼ਿੰਦਗੀ ਤਜਰਬਾ ਕਰਕੇ ਵੇਖਿਓ ਕਈ ਵਾਰੀ ਤੁਹਾਨੂੰ ਬਹੁਤ ਇਨਕਮ ਹੋਏਗੀ ਪਰ ਹਾਸਾ ਨਹੀਂ ਹੋਏਗਾ। ਕਈ ਵਾਰੀ ਤੁਸੀਂ ਕਿਸੇ ਨੂੰ ਕੋਈ ਕਿਸੇ ਦਾ ਭਲਾ ਕਰਕੇ ਰਾਤ ਨੂੰ ਬੜੇ ਸਕੂਨ ਦੀ ਨੀਂਦ ਨਾਲ ਸੌਂਦੇ ਜੀ। ਤਜਰਬਾ ਕਰਕੇ ਵੇਖੋ ਤੁਸੀਂ। ਇਹ ਇੱਕ ਇਹ ਮੈਂ ਗੁਰੂ ਦੀ ਗੋਚੇ ਗੱਲ ਕਹਿਣ ਲੱਗਾ। ਕਈ ਵਾਰੀ ਕੋਈ ਮੁਨਾਫਾ ਆਵੇ ਤਾਂ ਵੀ ਬੇਚੈਨੀ ਜੀ ਰਹਿੰਦੀ ਬੰਦੇ ਨੂੰ, ਖੁਸ਼ੀ ਜੀ ਨਹੀਂ ਆਉਂਦੀ। ਤੇ ਕਈ ਵਾਰੀ ਤੁਸੀਂ ਕੋਈ ਚੰਗਾ ਕਰ ਦੋ ਨਾ। ਇਦਾਂ ਕੇਦਾਂ ਕੋਈ ਅੱਜ ਤੁਹਾਨੂੰ ਮੁਨਾਫਾ ਕੋਈ ਨਹੀਂ ਹੋਇਆ। ਮੰਨ ਲਓ ਇਨਕਮ ਕੋਈ ਨਹੀਂ ਹੋਈ। ਪਰ ਤੁਸੀਂ ਕੋਈ ਕੰਮ ਕੀਤਾ ਚੰਗਾ। ਪਰ ਰੂਹ ਨੂੰ ਸਕੂਨ ਬੜੀ ਮਿਲੀ ਅੰਦਰ ਨੂੰ ਠੰਡ ਬੜੀ ਪਈ ਜ਼ਿੰਦਗੀ ਚ ਸਾਰੇ ਕੰਮ ਮੁਨਾਫੇ ਵਾਸਤੇ ਨਹੀਂ ਹੁੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਪੜ੍ਹ ਰਿਹਾ ਸੀ ਗੁਰਦੇਵ ਨੇ ਇੱਕ ਦੁਕਾਨਦਾਰ ਦੀ ਐਗਜ਼ੈਂਪਲ ਦਿੱਤੀ ਹੈ ਪਾਸ਼ਾ ਕਹਿੰਦੇ ਹਾਣ ਹਟ ਕਰ ਯਾਰ ਜਾ ਆਪਣੀ ਬੀਤ ਰਹੀ ਉਮਰ ਨੂੰ ਦੁਕਾਨ ਬਣਾ ਲਾ ਹਾਣ ਹਾਣ ਹਟ ਹਟ ਕਹਿੰਦੇ ਦੁਕਾਨ ਨੂੰ ਹਾਣ ਹਟ ਕਰ ਯਾਰ ਜਾ ਆਪਣੀ ਬੀਤ ਰਹੀ ਉਮਰ ਨੂੰ ਜਿਹੜਾ ਤੂੰ ਰੋਜ਼ ਇੱਕ ਇੱਕ ਸਵਾਸ ਕਰਕੇ ਜ਼ਿੰਦਗੀ ਜੂਰਿਆ ਇਹਨੂੰ ਦੁਕਾਨ ਬਣਾ ਲਾਇਕ ਸੱਚ ਨਾਮ ਕਰ ਵਥ ਸੱਚੇ ਨਾਮ ਦਾ ਸੌਦਾ ਰੱਖ ਲਾ ਵਿੱਚ ਉਹਦੇ ਇਸ ਦੁਕਾਨ ਦੇ ਸੌਦਾ ਰੱਖਣ ਵਾਸਤੇ ਦੁਕਾਨਦਾਰ ਦੇ ਕੋਲ ਕੀ ਹੁੰਦਾ ਭਲਾ ਡੱਬੇ ਹੁੰਦੇ ਨੇ ਪੈਕਟਾਂ ਚ ਪਾਇਆ ਹੁੰਦਾ ਪ੍ਰਾਣੇ ਸਮਝ ਮਰਦਵਾਨ ਹੁੰਦੇ ਸੀ ਦੁਕਾਨਾਂ ਚ ਰੱਖਣ ਲਈ ਕਹਿੰਦੇ ਸੁਰਤ ਸੋਚ ਕਰ ਭਾਂਡ ਸਾਲ ਆਪਣੀ ਸੁਰਤ ਦੇ ਭਾਂਡੇ ਚ ਇਸ ਸੌਦੇ ਨੂੰ ਟਕਾ ਸੁਰਤ ਸੋਚ ਕਰ ਪਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਉਹਦੇ ਵਿੱਚ ਇਸ ਵਸਤੂ ਨੂੰ ਰੱਖ ਲੈ ਸਾਂਭ ਕੇ ਵਣ ਜਾ ਰਿਆਂ ਸਿਓ ਵਣਜ ਕਰ ਤੇ ਵਣ ਜਾ ਰਿਆਂ ਨਾਲ ਇਹਦਾ ਵਣਜ ਕਰ ਜਿਵੇਂ ਆਪਾਂ ਕਹਿੰਦੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਉੱਚੀ ਬੋਲੋ ਪਿਆਰਿਓ ਸਹੀ ਪਿਆਰੇ ਮੇਲ ਜਨ ਕਿ ਵਣ ਜਾ ਰਿਆਂ ਸਿਓ ਵਣ ਜਕਰ ਵਣ ਜਾ ਵਣ ਜਾ ਰਿਆਂ ਨਾਲ ਜਦੋਂ ਵਣਜ ਕਰੇਗਾ ਕੀ ਹੋਏਗਾ ਵਣ ਜਾ ਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹਸ ਲੈ ਲਾਹਾ ਇਹ ਜੋ ਤਨੂੰ ਲਾਹਾ ਮਿਲੂ ਤੇ ਤੇਰੇ ਮਨ ਵਿੱਚ ਹਾਸਾ ਆਊ ਤੇਰਾ ਮਨ ਅੱਜ ਖਿੜੂਗਾ ਤੇਰੇ ਮਨ ਨੂੰ ਅੱਜ ਸਕੂਨ ਮਿਲੇਗਾ ਜੇ ਜ਼ਿੰਦਗੀ 'ਚ ਸਿਰਫ ਕਿਸੇ ਨਾ ਠੱਗੀ ਮਾਰੇ ਸਕੂਨ ਮਿਲਦਾ ਹੁੰਦਾ ਨਾ ਤੱਕੀ ਵੇਖਿਆ ਭਾਵੇਂ ਜਿੰਨੇ ਮਰਜ਼ੀ ਲੁਟੇਰੇ ਹੋਣ ਜਿੰਨੇ ਮਰਜ਼ੀ ਬੇਈਮਾਨੀਆਂ ਦੀਆਂ ਕਮਾਈਆਂ ਕਰਦੇ ਹੋਣ ਉਹ ਵੀ ਕਦੀ ਕਦੀ ਗਰੀਬਾਂ ਨੂੰ ਕੰਬਲ ਵੰਡਣ ਦਾ ਨਾਟਕ ਕਰਦੇ। ਉਹ ਬੋਲੋ ਭਾਈ ਉਹ ਵੀ ਕਦੀ ਕਦੀ ਲੋੜਵੰਦਾਂ ਨੂੰ ਕੰਬਲ ਵੰਡਣ ਦਾ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਠੱਗੀਆਂ ਬਹੁਤ ਮਾਰੀਆਂ ਸਕੂਨ ਨਹੀਂ ਮਿਲਿਆ ਕੋ ਕਿਸੇ ਨੂੰ ਸੇਵਾ ਕਰਕੇ ਸਕੂਨ ਲੈ ਕੇ ਵੇਖ ਲਈਏ ਤੇ ਸਕੂਨ ਆਉਂਦਾ ਹੀ ਹਮੇਸ਼ਾ ਚੰਗੇ ਕੰਮ ਵਿੱਚੋਂ। ਮੜਿਆਂ ਕੰਮਾਂ ਚ ਕਦੀ ਸਕੂਨ ਨਹੀਂ ਮਿਲਦਾ ਗਲਤ ਕਮਾਈਆਂ ਨਾਲ ਬੰਦਾ ਬੈੱਡ ਖਰੀਦ ਸਕਦਾ ਭਾਵੇਂ 50 ਹਜ਼ਾਰ ਦਾ 2 ਲੱਖ ਦਾ ਲੈ ਉਹ ਨੀਂਦ ਥੋੜਾ ਖਰੀਦ ਪਾਉਗੇ ਤੁਸੀਂ ਨੀਂਦ ਤੇ ਚੰਗੇ ਕੰਮ ਕੀਤੇ ਹੋਣੀ ਹੈ ਚੰਗਾ ਕੰਮ ਉਹ ਬੰਦੇ ਨੇ ਜ਼ਿੰਦਗੀ ਚ ਕੀਤਾ ਹੋਵੇ ਤੇ ਤੁਸੀਂ ਪੈਂਦਿਆਂ ਪੈਂਦਿਆਂ ਤੁਸੀਂ ਵੇਖਿਆ ਕਈ ਬੰਦੇ ਖਾਣਾ ਖਾ ਕੇ 10 ਮਿੰਟ ਹੀ ਸੋਫੇ ਤੇ ਦਾ ਟੇਡੇ ਜੇ ਹੋਣ ਤੇ ਉੱਥੇ ਅੱਖ ਲੱਗ ਜਾਂਦੀ ਹੈ ਤੇ ਕਈਆਂ ਨੂੰ ਸਾਈ ਰਾਤ ਹੀ ਉਸਲਵਟੇ ਲੈਂਦੇ ਰਹਿੰਦੇ ਨੀਂਦ ਆਉਂਦੀ ਨਹੀਂ ਅਜੋਕੇ ਸਮਝ ਕਈ ਲੋਗ ਨੀਂਦੀਆਂ ਦਵਾਈਆਂ ਲਵਦੇ ਫਿਰਦੇ ਡਾਕਟਰਾਂ ਕੋਲ ਜਾ ਕੇ ਡਾਕਟਰ ਸਾਹਿਬ ਮੈਨੂੰ ਨੀਂਦ ਨਹੀਂ ਆਉਂਦੀ ਕੀ ਐਸਾ ਕਾਰਨ ਹੈ ਕਿਹੜੀ ਚੀਜ਼ ਹੈ ਜਿਹਨੇ ਤੇਰੀ ਨੀਂਦ ਉਡਾਤੀ ਹੈ ਕਦੀ ਸੋਚ ਕੇ ਵੇਖਿਆ ਤੂੰ ਕਾਰਨ ਕਦੀ ਲੱਭਾ ਅਸੀਂ ਕਹਿਣ ਲੱਗ ਪਏ ਜੀ ਅਸੀਂ ਤੇ ਅਮੀਰ ਹੋ ਗਏ ਆ ਸਾਡੇ ਘਰ ਵੱਡੇ ਹੋ ਗਏ ਸਾਡੇ ਕੋਲ ਗੱਡੀਆਂ ਆ ਗਈਆਂ ਇਹ ਅਮੀਰੀ ਨਹੀਂ ਹੈ ਕੰਮ ਉਹ ਜ਼ਿੰਦਗੀ ਚ ਕਰੋ ਜਿਹਦੇ ਨਾਲ ਤੁਹਾਡੇ ਰੂਹ ਨੂੰ ਸਕੂਨ ਮਿਲੇ ਤੁਹਾਡੇ ਅੰਦਰ ਨੂੰ ਠੰਡ ਪਵੇ ਉਹ ਆ ਚੰਗਾ ਕੰਮ ਜ਼ਿੰਦਗੀ 'ਚ ਰੋਜ਼ ਟੀਚਾ ਮਿਥ ਲਓ ਕਿ ਮੈਂ ਆਪਣੀ ਜ਼ਿੰਦਗੀ 'ਚ ਰੋਜ਼ ਚੰਗੇ ਕੰਮ ਉਹਦੀ ਗਿਣਤੀ ਵਧਾਉਣੀ ਆ ਮਾੜੇ ਕੰਮਾਂ ਦੀ ਗਿਣਤੀ ਘਟਾਉਣੀ ਆ ਜਿਉਂ-ਜਿਉਂ ਚੰਗੇ ਕੰਮਾਂ ਦੀ ਗਿਣਤੀ ਵਾਧੀ ਜਾਊ ਉਦਾਂ ਹੀ ਤੁਹਾਡਾ ਬਲੱਡ ਪ੍ਰੈਸ਼ਰ ਤੁਹਾਡਾ ਲੀਵਰ ਤੁਹਾਡੇ ਗੁਰਦੇ ਤੁਹਾਡੀ ਬਾਡੀ ਹਰ ਇੱਕ ਚੀਜ਼ ਆਪਣੇ ਆਪ ਨਰੋਈ ਹੁੰਦੀ ਜਾਣੀ ਹੈ ਕਿਸੇ ਮੈਡੀਸਨ ਦੀ ਲੋੜ ਨਹੀਂ ਪੈਂਦੀ ਅੱਜ ਬੰਦਾ ਪੁੱਠਾ ਸੋਚੀ ਜਾਂਦਾ ਦਵਾਈਆਂ ਹਜ਼ਾਰਾਂ ਦੀਆਂ ਇੱਕ ਘਰ ਜਾ ਰਹੀਆਂ ਨੇ ਕੋਈ ਕਿਤੇ ਕੈਂਪ ਲਾਉਣ ਜਾ ਰਿਹਾ ਕੋਈ ਕਿਸੇ ਨੂੰ ਪੁੱਛਦਾ ਫਿਰਦਾ ਜੀ ਮੈਂ ਠੀਕ ਕਿੱਦਾਂ ਹੋਵਾਂਗਾ ਤੈਨੂੰ ਤੂੰ ਬਿਮਾਰ ਹੋਣਾ ਹੀ ਨਹੀਂ ਤੂੰ ਠੀਕ ਪੁੱਛਣ ਡਿਆ ਤੂੰ ਇਹ ਪੁੱਛ ਰਿਹਾ ਵੀ ਮੈਂ ਠੀਕ ਕਿੱਦਾਂ ਹੋਣਾ ਤੂੰ ਬਿਮਾਰ ਹੀ ਨਹੀਂ ਹੋਣਾ ਤੂੰ ਆਪਣੀ ਜ਼ਿੰਦਗੀ ਚੰਗੇ ਕੰਮ ਕਰਨੇ ਸ਼ੁਰੂ ਕਰ ਦੇ ਹੱਸੰਦੇ ਆ ਖਿਲੰਦੇ ਆ ਪੈਨੰਦੇ ਆ ਖਵੰਦਿਆ ਵਿਚ ਐ ਹੋਵੈ ਮੁਕਤ ਨਾਨਕ ਸਤਗੁਰੂ ਭੇਟੇਂ ਪੂਰੀ ਹੋਵੈ ਜੁਗਤ ਨਾਨਕ ਸਤਗੁਰੂ ਭੇਟੇਂ ਸਾਰੇ ਬੋਲੋ ਨਾਨਕ ਸਤਗੁਰੂ ਹੈ ਨਾਨਕ ਸਤਗੁਰੂ ਨੂੰ ਜਦੋਂ ਮਿਲ ਪਈਏ ਪੂਰੀ ਹੋਵੇ ਜੁਗਤ ਤੇਰੀ ਜ਼ਿੰਦਗੀ ਦੀ ਜੁਗਤ ਪੂਰੀ ਹੋ ਜਾਂਦੀ ਆ ਜਾਨੀ ਕਿ ਤੇਰੀ ਜ਼ਿੰਦਗੀ ਜਿਉਂਦਾ ਤਰੀਕਾ ਤੈਨੂੰ ਪੂਰਾ ਆ ਜਾਂਦਾ ਵੀ ਜ਼ਿੰਦਗੀ ਇਦਾਂ ਜਿਉਣੀ ਐ ਨਾਨਕ ਸਤ ਗੁਰ ਭੇਟ ਐ ਪੂਰੀ ਹੋਵੇ ਜੁਗਤ ਹੱਸੰਦੇ ਆ ਹੱਸਦੇ ਆ ਖੇਲੰਦੇ ਆ ਖੇੜਦੇ ਆ ਹੱਸੰਦੇ ਆ ਖੇਲੰਦੇ ਆ ਖਵੰਦਿਆ ਪਹਿਨੰਦਿਆ ਵਿਚੈ ਹੋਵੇ ਮੁਕਤੋ ਹੱਸਦਿਆ ਖੇੜਦਿਆ ਖਾਂਦਿਆ ਪੀਂਦਿਆ ਵਿਚੇ ਵਿਚੇ ਸਮਝਿਓ ਗ੍ਰਸਤ ਵਿਚ ਰਹਿੰਦੇ ਆ ਜਨਕੇ ਤੈਨੂੰ ਆਪਣਾ ਪਰਿਵਾਰ ਛੱਡਣ ਦੀ ਲੋੜ ਨਹੀਂ ਰੱਬ ਦੀ ਭਗਤੀ ਕਰਨ ਲਈ ਉਦੀ ਇਬਾਦਤ ਕਰ ਲਈ ਤੈਨੂੰ ਆਪਣਾ ਪਰਿਵਾਰ ਆਪਣਾ ਕੁਟੰਬ ਛੱਡਣ ਦੀ ਉਹਨੇ ਹੱਸੰਦੇ ਆ ਖਿਲੰਦੇ ਆ ਪੈਨੰਦੇ ਆ ਖਵੰਦੇ ਆ ਵਿਚੇ ਹੋਵੇ ਮੁਕਤ ਜੇ ਤੂੰ ਮੁਕਤ ਹੋ ਗਿਆ ਜੀਉਂਦੇ ਜੀ ਤੂੰ ਆਪਣੇ ਆਪ ਹੀ ਹੱਸਣਾ ਤੂੰ ਆਪਣੇ ਆਪ ਹੀ ਖੁਸ਼ ਰਹਿਣਾ ਤੇਰੀ ਜ਼ਿੰਦਗੀ ਚ ਤਣਾਅ ਨਹੀਂ ਹੋਏਗਾ ਤੂੰ ਐਨ ਖੁਸ਼ ਹੋਵੇਂਗਾ ਬੰਦਾ ਖੁਸ਼ ਹੋ ਕੇ ਕੋਈ ਖੁਰਾਕ ਖਾਵੇ ਨਾ ਪੂਰੀ ਬਾਡੀ ਨੂੰ ਲੱਗਦੀ ਹੈ ਤੇ ਖਰਾਕ ਜਿਨੀ ਮਰਜ਼ੀ ਚੰਗੀ ਖਾ ਲਵੇ ਜੇ ਬੰਦਾ ਸੋਚੇ ਗਲਤ ਤੇ ਖਰਾਕ ਵੀ ਪਾਣੀ ਬਣ ਜਾਂਦੀ ਹੈ। ਉਹ ਖਰਾਕ ਵੀ ਤੁਹਾਡੀ ਬਾਡੀ ਨੂੰ ਲੱਗਣੀ ਨਹੀਂ। ਕਈ ਵੇਖਿਆ ਬੰਦਿਆਂ ਨੂੰ ਪਾਣੀ ਲੱਗੀ ਜਾਂਦਾ ਤੇ ਕਈਆਂ ਨੂੰ ਕਿਉਂ ਵੀ ਨਹੀਂ ਲੱਗਣ ਡਿਆ। ਕਈ ਜੂਸ ਵੀ ਪੀਂਦੇ ਆ ਫਰੂਟ ਵੀ ਖਾਂਦੇ ਆ ਤਰ੍ਹਾਂ ਤਰ੍ਹਾਂ ਦੇ ਡਰਾਈ ਫਰੂਟ ਵੀ ਭੇਂ ਭੇਂ ਕੇ ਖਾਂਦੇ ਆ ਪਰ ਗੱਲ ਨਹੀਂ ਬਣਦੀ। ਤੇ ਕਈਆਂ ਬੰਦਿਆਂ ਨੂੰ ਸੁੱਕੀ ਰੋਟੀ ਵੀ ਉਹਨਾਂ ਨੂੰ ਉਹਦੇ ਵਿੱਚੋਂ ਵੀ ਚੰਗੀ ਐਨਰਜੀ ਮਿਲਦੀ ਜਾਂਦੀ ਹੈ। ਸਾਰੀ ਖੇਡ ਤੁਹਾਡੇ ਮਨ ਦੀ ਆ। ਬਣੀ ਇਹੋ ਸਾਨੂੰ ਸਿਖਾਉਂਦੀ ਹੈ ਤੁਸੀਂ ਰਹਿਣਾ ਕਿਦਾਂ ਤੂੰ ਰੋਂਦਿਆਂ ਜ਼ਿੰਦਗੀ ਕੱਢਣੀ ਹੈ ਹੱਸਦਿਆਂ ਜ਼ਿੰਦਗੀ ਕੱਢਣੀ ਹੈ ਇਹ ਇਹ ਫੈਸਲਾ ਤੈਨੂੰ ਖੁਦ ਆਪ ਕਰਨਾ ਪੈਣਾ ਹੈ ਹਾਲਾਤ ਸਮਾਜ ਦੇ ਇਦਾਂ ਰਹਿੰਦੇ ਨੇ ਉਹਨਾਂ ਹਾਲਾਤਾਂ ਵਿੱਚ ਤੈਨੂੰ ਆਪਣੇ ਆਪ ਨੂੰ ਢਾਲਣਾ ਪੈਣਾ ਹੈ ਆਪਾਂ ਰੋਜ਼ ਪੜ੍ਹਦੇ ਜਪਜੀ ਸਾਹਿਬ ਜੋ ਤੁੱਧ ਭਾਵੇ ਸਾਰੇ ਬੋਲੋ ਜੋ ਤੁੱਧ ਭਾਵੇ ਜੋ ਤੁਹਾਨੂੰ ਪਾਉਂਦਾ ਹੈ ਉਹ ਕੰਮ ਮੈਨੂੰ ਵੀ ਚੰਗਾ ਲੱਗਣ ਲੱਗ ਪਵੇ ਅੱਜ ਇੱਥੇ ਫਰਕ ਪੈ ਰਿਹਾ ਨਾ ਜੋ ਮਾਲਕ ਨੂੰ ਚੰਗਾ ਲੱਗਦਾ ਉਹ ਸਾਨੂੰ ਨਹੀਂ ਚੰਗਾ ਲੱਗਦਾ ਜੋ ਸਾਨੂੰ ਚੰਗਾ ਲੱਗਦਾ ਉਹ ਮਾਲਕ ਨੂੰ ਚੰਗਾ ਨਹੀਂ ਲੱਗਦਾ ਇਹ ਦੇਹ ਹੈ ਜੀ ਸਾਨੂੰ ਜੋ ਸਾਨੂੰ ਚੰਗਾ ਲੱਗਦਾ ਉਹ ਮਾਲਕ ਨੂੰ ਚੰਗਾ ਨਹੀਂ ਲੱਗਦਾ ਅੱਜ ਕਿੰਨੀਆਂ ਅਰਦਾਸਾਂ ਇਹ ਹੋ ਰਹੀਆਂ ਨੇ ਕੋਈ ਬੰਦਾ ਇਹ ਅਰਦਾਸ ਕਰਦਾ ਹੋਵੇ ਕਿ ਮਹਾਰਾਜ ਮੈਨੂੰ ਤੁਹਾਡੀ ਬਾਣੀ ਮੁਤਾਬਕ ਤੁਰਨਾ ਆ ਜਾਏ ਇਹ ਕਿੰਨੀਆਂ ਦੀ ਅਰਦਾਸ ਹੁੰਦੀ ਭਲਾ ਅਰਦਾਸ ਤੇ ਹੁੰਦੀ ਹੈ ਮੇਰਾ ਘਰ ਬਣ ਜਾਏ ਮੇਰੇ ਘਰ ਪੋਤਰਾ ਹੋ ਜਾਏ ਮੇਰੀ ਦੁਕਾਨ ਵਧੀਆ ਚੱਲੇ ਮੇਰੀ ਕਾਇਆ ਵਧੀਆ ਰਵੇ ਸਾਡੀਆਂ ਤੇ ਮੰਗਾ ਹੀ ਨਹੀਂ ਮੁਕਦੀਆਂ ਅਸੀਂ ਕਦੀ ਇਹ ਇਹ ਕਦੋਂ ਕਹਿਣਾ ਕਿ ਮਹਾਰਾਜ ਮੈਨੂੰ ਤੁਹਾਡੇ ਹੁਕਮ ਅਨੁਸਾਰ ਤੁਰਨਾ ਆਜੇ ਬੋਲੋ ਸਾਧ ਸੰਗਤ ਜੀ ਸਾਡੇ ਤੇ ਸਾਡੇ ਤੇ ਲਿਸ਼ਟੀ ਐਡੀ ਲੰਮੀ ਹੈ ਵੱਡੇ ਵੱਡੇ ਗੁਰਦੁਆਰਿਆਂ ਚ ਵੇਖਿਓ ਜਿਹੜੀ ਪੰਜਾਂ ਪਿਆਰਾਂ ਤੋਂ ਲੈ ਕੇ ਚੌਕੀਆਂ ਛੰਡੇ ਬੁੰਗੇ ਜੁੱਗੋ ਜੋਗ ਅਟਲ ਤੱਕ ਉਥੋਂ ਤੱਕ ਅਰਦਾਸ ਤਾਂ ਪੰਜਾਂ ਦੋ ਚੌ ਮਿੰਟਾਂ ਚ ਹੋ ਜਾਂਦੀ ਐ ਮਗਰੋਂ ਲਿਸਟਾਂ ਕਿੱਡੀਆਂ ਕਿੱਡੀਆਂ ਲੰਮੀਆਂ ਹੁੰਦੀਆਂ ਨੇ ਵੀ ਫਲਾਣੇ ਨੂੰ ਆ ਚਾਹੀਦਾ ਐ ਫਲਾਣੇ ਨੂੰ ਆ ਚਾਹੀਦਾ ਸੀ ਫਲਾਣੇ ਆ ਮੰਗਿਆ ਫਲਾਣੇ ਨੂੰ ਆ ਮਿਲ ਜੇ ਐਂਜ ਨਹੀਂ ਲੱਗਦਾ ਜਿਵੇਂ ਅਸੀਂ ਮਹਾਰਾਜ ਦੀ ਡਿਊਟੀ ਲਾਉਣ ਉਹਨੇ ਕਿ ਮਹਾਰਾਜ ਆਹ ਕੱਲ ਡਿਊਟੀ ਕਾ ਲਈ ਸੀ ਅੱਜ ਮਿਲ ਗਈ ਐ ਨਵੀਂ ਡਿਊਟੀ ਹੋਰ ਲੈ ਲਓ ਉਹ ਬੋਲੋ ਭਾਗਾਂ ਵਾਲਿਓ ਕਿ ਸਭ ਕੁਝ ਮੰਗਿਆ ਮਿਲਦਾ ਐ ਆੜਾ ਸਰੀਰ ਆਪਣੇ ਸਾਰਿਆਂ ਕੋਲ ਐ ਇਹ ਆਪਾਂ ਮੰਗ ਕੇ ਲਿਆ ਜੀ ਭਲਾ ਬੋਲ ਕੇ ਦੱਸਿਓ ਹਾਂ ਜੀ ਉੱਚੀ ਬੋਲੋ ਭਾਈ ਆ ਜਿਹੜਾ ਸਾਡੇ ਸਾਰਿਆਂ ਕੋਲ ਸਰੀਰ ਹੈ ਇਹ ਆਪਾਂ ਮੰਗਿਆ ਭਲਾ ਨਹੀਂ ਮੰਗਿਆ ਨਾ ਆਪਣੇ ਆ ਮਿਲ ਗਿਆ ਚਲੋ ਉਹ ਇੱਕ ਅਗਲੀ ਐਗਜ਼ਾਮਪਲ ਤੁਸੀਂ ਖਾਣਾ ਖਾਣ ਤੋਂ ਬਾਅਦ ਰੱਬ ਕੋਲੋਂ ਮੰਗਦੇ ਹੋ ਰੱਬ ਜੀ ਮੈਂ ਖਾਣਾ ਖਾਦਾ ਕਿਰਪਾ ਕਰਕੇ ਹੁਣ ਇਹਦਾ ਖੂਨ ਬਣਾ ਦਿਓ ਕਹਿਣਾ ਪੈਂਦਾ ਜੀ ਬੋਲੋ ਗੁਰੂ ਕੇ ਪਿਆਰੇਓ ਮਨ ਲਓ ਅੱਜ ਤੁਸੀਂ ਕਿਸੇ ਲੋੜਵੰਦ ਨੂੰ ਆਪਣੀ ਇੱਕ ਬੋਤਲ ਖੂਨ ਦੀ ਦੇ ਕੇ ਆਏ ਜੀ ਤੁਸੀਂ ਆਪਣੇ ਸਰੀਰ ਨੂੰ ਕਿਹਾ ਕਿ ਹੁਣ ਮੈਂ ਖੂਨ ਦਿੱਤਾ ਮਹਾਰਾਜ ਇਹ ਖੂਨ ਨਵਾਂ ਬਣ ਜਾ ਕਹਿਣ ਦੀ ਲੋੜ ਪੈਂਦੀ ਜੀ ਉਹ ਆਪਣੇ ਆਪ ਹੋ ਰਿਹਾ ਹੈ ਤੂੰ ਖਾਣਾ ਖਾਈ ਜਾ ਉਹ ਆਪਣੇ ਆਪ ਉਹਨੇ ਪੂਰਾ ਕਰ ਦੇਣਾ ਪਰ ਸਾਡੇ ਦਿਮਾਗ 'ਚ ਇਹ ਪੈ ਗਿਆ ਮੈਨੂੰ ਆ ਵੀ ਮੰਗਣਾ ਪੈਣਾ ਹੈ ਮੈਨੂੰ ਆ ਵੀ ਮੰਗਣਾ ਪੈਣਾ ਮੈਨੂੰ ਇਹ ਕਿਹਾ ਕੋ ਸੱਚਾ ਪਾਤਸ਼ਾਹ ਜਿੱਥੇ ਵੀ ਰੱਖੇ ਆਪਣੀ ਰਜ਼ਾ 'ਚ ਰੱਖੇ ਅਈ ਤਾਂ ਕਿਆ ਕਰੋ ਜੇ ਸੁਖ ਦੇ ਤਾਂ ਤੁਝੇ ਆਰਾਧੀ ਦੁੱਖ ਪੀਰ ਤੁਝੇ ਧਿਆਈ ਜੇ ਭੁਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਅਈ ਤਾਂ ਵਸਤੂਆਂ ਨੂੰ ਦਾਤਾਂ ਕਹਿ ਛੜਦੇ ਆਂ ਵਿਕਾਰ ਲੈ ਲਈ ਦਾਤਾ ਕਾਰ ਬਣ ਗਿਆ ਦਾਤਾ ਮੈਂ ਨਹੀਂ ਕਹਿੰਦਾ ਦਾਤਾ ਨਹੀਂ ਪਰ ਆਹ ਪੰਕਤੀਆਂ ਕੋਣ পড়ੂ ਕਿ ਤਿਆਂ ਦੁਖ ਭੁਖ ਸਦਮਾਰ ਅਗਲੀ ਪੰਕਤੀ ਕੀ ਆਪ ਤੇਰੀ ਦਾਤਾਰ ਇਹ ਭੇ ਦਾਤ ਤੇਰੀ ਦਾਤਾਰ ਸਾਧ ਸੰਗਤ ਜੀ ਆਪਾਂ ਕਾਰ ਨਵੀ ਲੈ ਕੇ ਆਏ ਆਏ ਹੋਈਏ ਹਾਂਜੀ ਤੇ ਆਪਣੇ ਸਾਰਿਆਂ ਵਾਸਤੇ ਕਾਰ ਦਾਤਾ ਹਨ ਕਿਉਂ ਸਾਸਾਂ ਜੀ ਬੋਲੋ ਮਲੋ ਸੰਗਤ ਚ ਦੋ ਬੰਦੇ ਬੈਠੇ ਆ ਇੱਕ ਨਵਾਂ ਨਵੀਂ ਕਾਰ ਲੈ ਕੇ ਆਇਆ ਉਹਦੇ ਵਾਸਤੇ ਕਾਰ ਦਾਤ ਇੱਕ ਬੰਦੇ ਦੀ ਵਰਕਸ਼ਾਪ ਹੈ ਉਹਦੇ ਕੋਲ ਕਿਸੇ ਦੀ ਕਾਰ ਵੱਜੀ ਜਾਂਦੀ ਹੈ 50 40 ਹਜ਼ਾਰ ਲੱਖ ਉਹਦਾ ਬਿੱਲ ਬਣਨਾ ਹੈ ਉਹਦੇ ਵਾਸਤੇ ਕੀ ਦਾਤ ਪਲਾ ਬੋਲ ਕੇ ਦੱਸਿਓ ਜੇ ਕਾਰ ਨਾ ਵੱਜੀ ਦੀ ਕਿਸੇ ਵਿੱਚ ਉਹਦੇ ਘਰ ਰੋਟੀ ਪਕਣੀ ਸੀ ਉੱਚੀ ਬੋਲੋ ਭਾਈ ਜੇ ਕਿਸੇ ਦਾ ਟਾਇਰ ਨਾ ਫਟੇ ਟਰੱਕ ਦਾ ਗੱਡੀ ਦਾ ਬੱਸ ਦਾ ਟਾਇਰ ਵਾਲੇ ਦਾ ਟਾਇਰ ਵਿਕਣਾ ਸੀ ਉਹ ਬੋਲੋ ਗੁਰੂ ਕੇ ਪਿਆਰਿਓ ਸਵੇਰੇ ਸਾਰੇ ਆਪੋ ਆਪਣੇ ਘਰਾਂ ਚੋਂ ਦੁਕਾਨਾਂ ਚ ਸਾਰਿਆਂ ਨੇ ਆਪਣੀਆਂ ਫੋਟੋਆਂ ਲਖੀਆਂ ਹੁੰਦੀਆਂ ਮਹਾਰਾਜ ਟਾਇਰ ਵਾਲਾ ਕਹਿੰਦਾ ਟਾਇਰ ਵਿਕੇ ਡਾਕਟਰ ਕਹਿੰਦਾ ਮੇਰੇ ਕੋਲ ਮਰੀਜ਼ ਆਵੇ ਤੇ ਮਰੀਜ਼ ਘਰ ਅਰਦਾਸ ਕਰਕੇ ਬੈਠਾ ਮੇਰੀ ਦੇਹ ਅਰੋਗਤਾ ਬਖਸ਼ੀ ਜੇ ਰੱਬ ਸਾਰਿਆਂ ਦੀ ਸੁਣੇ ਸੀ ਤੇ ਰੱਬ ਨੂੰ ਸੱਚੀ ਗੱਲ ਹੈ ਕਮਲਾ ਕਰ ਦਈਏ ਕਿਚੀ ਫਰੀਏਬ ਤੂੰ ਮੇਰੀ ਨਹੀਂ ਸੁਣਦਾ ਤੂੰ ਮੇਰੀ ਨਹੀਂ ਸੁਣਦਾ ਇਦਾਂ ਹੁੰਦਾ ਜੀ ਬੋਲੋ ਭਾਗਾਂ ਵਾਲਿਓ ਇਹ ਦੁਨੀਆ ਹੈ ਇੱਥੇ ਸਾਰਾ ਕੁਝ ਚਲੀ ਜਾਣਾ ਹੈ ਜਦੋਂ ਤੇਰਾ ਕੋਈ ਨੁਕਸਾਨ ਦਾ ਇਹ ਸੋਚ ਪਤਾ ਨਹੀਂ ਇਹਦੇ ਵਿੱਚ ਵੀ ਉਹਦੀ ਰਜਾ ਹੋਏਗੀ ਕਈ ਨੁਕਸਾਨ ਵੇਖ ਕੇ ਖੇਜ ਜਾਂਦੇ ਆ ਤੇ ਫਾਇਦਾ ਵੇਖ ਕੇ ਖੁਸ਼ ਹੋ ਜਾਂਦੇ ਆ ਇੱਥੇ ਵੱਡੇ ਵੱਡੇ ਨੁਕਸਾਨ ਹੋ ਕੇ ਵੀ ਉਹਦਾ ਸ਼ੁਕਰਾਨਾ ਕੀਤਾ ਮਾਲਕਾ ਤੇਰਾ ਧੰਨਵਾਦ ਹੈ ਇਹ ਤੇਰੀ ਰਹਿਮਤ ਹੈ ਤੇਰੀ ਬਖਸ਼ਿਸ਼ ਹੈ ਅਹੀਂ ਤਾਂ ਪਦਾਰਥਾਂ ਨੂੰ ਵੇਖ ਕੇ ਧੰਨਵਾਦ ਕਰਦੇ ਆਂ ਅਸੀਂ ਤੇ ਆਈ ਆਈ ਵਸਤੂ ਨੂੰ ਵੇਖ ਕੇ ਧੰਨਵਾਦ ਕਰਦੇ ਆਂ ਜਾਣ ਵੇਲੇ ਤੇ ਧੰਨਵਾਦ ਸਾਡੇ ਕੋਲ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਜ਼ਿੰਦਗੀ 'ਚ ਇਹ ਸਬਕ ਸਿੱਖਣੇ ਚਾਹੀਦੇ ਆ ਜ਼ਰੂਰੀ ਨਹੀਂ ਸਾਡੇ ਮੁਤਾਬਕ ਹੀ ਸਭ ਕੁਝ ਚੱਲੇ ਬੜੀ ਦੁਨੀਆ 'ਤੇ ਐਸੇ ਐਸੇ ਮਾਂ ਬਾਪ ਆ ਜਿਨ੍ਹਾਂ ਨੇ ਜਵਾਨ ਬੱਚਿਆਂ ਦੇ ਆਪਣੇ ਹੱਥੀਂ ਸਨਸਕਾਰ ਕੀਤੇ ਪਰ ਕਿਸੇ ਨੇ ਪੁੱਛਿਆ ਤੁਹਾਨੂੰ ਗਿਲਾ ਕੋਈ ਕਹਿੰਦੇ ਨਹੀਂ ਇਉਂ ਦੀ ਰਜਾ ਸੀ ਜਿਉਂ ਨਾਂ ਦਿੰਦਾ ਫਿਰ ਅਸੀਂ ਉਹਨੂੰ ਕੀ ਕਰ ਲੈਂਦੇ ਅਸੀਂ ਧੰਨਵਾਦ ਕਰਦੇ ਹਾਂ ਉਹਨੇ 20 25 30 ਸਾਲ ਸਾਨੂੰ ਕੋਈ ਪੁੱਤਰ ਧੀ ਖੇਡਣ ਲਈ ਤੇ ਦਿੱਤਾ ਬੜੀ ਦੁਨੀਆ ਤੇ ਲੋਕ ਆ ਜਿਨ੍ਹਾਂ ਕੋਲ ਨਹੀਂ ਹੈਗਾ ਇਹ ਤੇ ਤੁਹਾਡਾ ਤਰੀਕਾ ਆ ਵੀ ਤੁਸੀਂ ਕਿਸ ਤਰੀਕੇ ਨਾਲ ਸਮਾਜ ਵਿੱਚ ਕਿੱਥੇ ਸ਼ੁਕਰਾਨਾ ਕਰਨਾ ਤੇ ਗਿਲਾ ਕਰਨ ਵਾਲਾ ਤੇ ਇਹ ਵੀ ਕਹਿੰਦਾ ਇਹਦੇ ਨਾਲੋਂ ਤੇ ਨਾ ਹੀ ਦਿੰਦਾ ਉਹ ਵੀ ਬੰਦਾ ਹੀ ਆ ਜਿਹੜਾ ਕਹਿੰਦਾ ਮਹਾਰਾਜ ਇਹਦੇ ਨਾਲੋਂ ਤੇ ਨਾ ਹੀ ਦਿੰਦਾ ਜੇ ਲੈ ਹੀ ਜਾਣਾ ਸੀ ਇਹ ਭਾਈ ਸੰਸਾਰ ਹੈ ਇਹ ਸੰਸਾਰ ਤੇ ਆਈ ਆਈ ਚਲਾਈ ਹੈ ਆਉਣਾ ਵੀ ਹੈ ਜਾਣਾ ਵੀ ਹੈ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਜੇ ਇੱਕ ਨਵਾਂ ਪੱਤਾ ਉੱਗ ਰਿਹਾ ਹੈ ਤੇ ਪੁਰਾਣਾ ਟੁੱਟ ਵੀ ਰਿਹਾ ਹੈ ਟਿੰਡਾਂ ਵਾਲੇ ਖੂਹ ਵੇਖੇ ਪੁਰਾਣੇ ਸਮੇਂ ਛਿਆਟਾ ਸਾਹਿਬ ਜਾਓ ਉੱਥੇ ਪੁਰਾਣਾ ਛੇ ਹਟਾਂ ਵਾਲਾ ਖੂਹ ਸੀ ਉੱਥੇ ਪੁਰਾਣੇ ਸਮੇਂ 'ਚ ਖੂਹ ਧਰਤੀ 'ਚੋਂ ਪਾਣੀ ਕੱਢਣ ਦਾ ਤਰੀਕਾ ਹੀ ਉਹ ਸੀ ਟਿੰਡਾਂ ਵਾਲੇ ਬਲਦ ਬਨੇ ਬਨੇ ਤੁਰਦੇ ਸੀ ਤੋ ਟਿੰਡਾਂ ਇਦਾਂ ਘੁੰਮਦੇ ਅਸੀਂ ਇੱਕ ਟਿੰਡ ਚੋ ਪਾਣੀ ਡਿੱਗਦਾ ਸੀ ਨਾਲ ਸੇਮ ਟਾਈਮ ਇੱਕ ਟਿੰਡ ਚੋ ਪਾਣੀ ਭਰਿਆ ਜਾ ਰਿਹਾ ਹੁਣ ਜੇ ਉੱਤੋਂ ਪਾਣੀ ਖਾਲੀ ਨਹੀਂ ਹੋਏਗਾ ਥੱਲੇ ਉਹ ਇੱਕ ਟਿੰਡ ਭਰੇਗੀ ਨਹੀਂ ਜੇ ਉਸ ਸੇਮ ਟਾਈਮ ਇੱਕ ਜੇ ਇੱਕ ਟਿੰਡ ਖਾਲੀ ਹੋ ਰਹੀ ਹੈ ਤੇ ਇੱਕ ਨਾਲ ਭਰ ਵੀ ਰਹੀ ਹੈ ਜੇ ਉਤਲੀ ਖਾਲੀ ਨਾ ਹੋਵੇ ਤਾਂ ਥੱਲੇ ਵਾਲੀ ਭਰ ਸਕਦੀ ਹੈ ਜੀ ਬੁਰ ਕੇ ਦੱਸਿਓ ਇਹ ਦੁਨੀਆ ਹੈ ਭਾਈ ਇਹ ਸੰਸਾਰ ਆਈ ਚਲਾਈ ਹੈ ਇਥੇ ਹਰ ਸਮੇਂ ਤੇ ਸ਼ੁਕਰਾਨਾ ਕਰਨਾ ਸਿੱਖਣਾ ਦਾਤਾ ਤੇਰਾ ਧੰਨਵਾਦ ਤੇਰੀ ਰਹਿਮਤ ਹੈ ਮੈਨੂੰ ਜੀਵਨ ਬਖਸ਼ਿਸ਼ ਕੀਤਾ ਮੈਂ ਆਪਣੀ ਜ਼ਿੰਦਗੀ ਚ ਰੱਬੀ ਗੁਣ ਧਾਰਨ ਕਰਕੇ ਤੁਹਾਡਾ ਧੰਨਵਾਦ ਕਰ ਸਕਾਂ ਐਡਾ ਵੱਡਾ ਖਜ਼ਾਨਾ ਬਾਣੀ ਦਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਪੰਚਮ ਪਾਸ਼ਾ ਤੱਕ ਸਾਰਾ ਬਾਣੀ ਦਾ ਖਜ਼ਾਨਾ ਇਕੱਠਾ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਕੋਲ 15 ਭਗਤਾਂ ਦੀ ਬਾਣੀ ਆਪ ਜਾ ਜਾ ਕੇ ਬਾਣੀ ਕਈ ਭਗਤ ਸਹਿਬਾਨ ਉਹਨਾਂ ਨੂੰ ਮਿਲੇ ਨੇ ਤੇ ਕਈਆਂ ਦੇ ਪੈਰੋਕਾਰਾਂ ਕੋਲੋਂ ਲੈ ਕੇ ਆਏ ਇਦਾਂ ਹੀ ਉਹ ਬਾਣੀ ਕਰਦਿਆਂ ਕਰਦਿਆਂ ਗੁਰੂ ਪੰਜਵੇਂ ਪਾਸ਼ਾ ਤੱਕ ਪਹੁੰਚੀ ਸਤਿਕਾਰਯੋਗ ਭਾਈ ਗੁਰਦਾਸ ਜੀ ਕੋਲੋਂ ਬਾਣੀ ਦੀ ਸੇਵਾ ਕਰਾਈ ਲਿਖਣ ਦੀ ਸਾਡੇ ਕੋਲ ਐਡਾ ਵੱਡਾ ਬਾਣੀ ਦਾ ਖਜ਼ਾਨਾ ਪ੍ਰਾਪਤ ਹੋਇਆ ਸਿੱਖ ਦਾ ਫਰਜ਼ ਬੰਦਾ ਇਹਨੂੰ ਪੜ੍ਹੇ ਸਮਝੇ ਤੇ ਵਿਚਾਰੇ ਤੇ ਆਪਣੀ ਜ਼ਿੰਦਗੀ ਵਿੱਚ ਇਹ ਸ਼ਬਦ ਬਾਣੀ ਗਿਆਨ ਨੂੰ ਲਾਗੂ ਕਰਨ ਦਾ ਯਤਨ ਕਰੇ ਕਿ ਮੇਰੇ ਗੁਰਦੇਵ ਨੇ ਸਾਨੂੰ ਕਿਹਾ ਕੀ ਹੈ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ ਸਦਕ ਕਰ ਜ਼ਿੰਦਗੀ ਚ ਸਦਕ ਧਾਰਨ ਕਰ ਲੋ ਇਹ ਕੀ ਆ ਸਜਦਾ ਇਹੋ ਹੀ ਨਮਸਕਾਰ ਕਰਨੀ ਹੈ ਮਨ ਕਰ ਮਖਸੂਦ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ ਹੀ ਸਾਡੀ ਜ਼ਿੰਦਗੀ ਦਾ ਮਕਸੂਦ ਕਹਿੰਦੇ ਮਕਸਦ ਨੂੰ ਮਕਸਦ ਸਮਝਿਓ ਨਿਸ਼ਾਨਾ ਟੀਚਾ ਜਿਵੇਂ ਤੁਸੀਂ ਘਰੋਂ ਜਾਓ ਤੁਹਾਨੂੰ ਕੋਈ ਰਸਤੇ 'ਚ ਪੁੱਛੇ ਭਾਈ ਕਿੱਥੇ ਚੱਲਿਆ ਤੇ ਤੁਸੀਂ ਜਿਹੜਾ ਕੰਮ ਦੱਸੋ ਮੈਂ ਫਲਾਣੇ ਕੰਮ ਚੱਲਿਆ ਉਹ ਤੁਹਾਡਾ ਮਕਸਦ ਹੈ ਜੇ ਤੁਸੀਂ ਗੁਰਦੁਆਰਾ ਸਾਹਿਬ ਘਰੋਂ ਚੱਲ ਕੇ ਆਏ ਜੇ ਤੁਸੀਂ ਜਦੋਂ ਘਰੋਂ ਚੱਲੇ ਜੇ ਰਸਤੇ ਤੁਹਾਨੂੰ ਕਿਸੇ ਨੇ ਪੁੱਛਿਆ ਭਾਈ ਸਾਹਿਬ ਕਿੱਥੇ ਚੱਲੇ ਭੈਣ ਜੀ ਕਿੱਥੇ ਚੱਲੇ ਤੁਸੀਂ ਕੀ ਜਵਾਬ ਦਿੱਤਾ ਕਿ ਅਸੀਂ ਗੁਰਦੁਆਰਾ ਸਾਹਿਬ ਚੱਲੇ ਆਂ ਯਾਨੀ ਕਿ ਅੱਜ ਤੁਹਾਡੇ ਘਰੋਂ ਤਿਆਰ ਹੋਣ ਦਾ ਮਕਸਦ ਕੀ ਸੀ ਸਾਰੇ ਬੋਲੋ ਜੀ ਗੁਰਦੁਆਰਾ ਸਾਹਿਬ ਹੋਣਾ ਇਹ ਤੁਹਾਡਾ ਮਕਸਦ ਸੀ ਕਹਿੰਦੇ ਮਨ ਕਰ ਮਕਸੂਦ ਸਾਡੇ ਮਨ ਦਾ ਸ਼ਬਦ ਗਿਆਨ ਨਾਲ ਜੁੜਨਾ ਹੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਸਿੱਧਕ ਕਰ ਸਜਦਾ ਮਨ ਕਰ ਮਕਸੂਦ ਆਪਣੇ ਮਨ ਨੂੰ ਸ਼ਬਦ ਗਿਆਨ ਨਾਲ ਜੋੜਨਾ ਸਾਡੀ ਜ਼ਿੰਦਗੀ ਦਾ ਟੀਚਾ ਹੋਣਾ ਚਾਹੀਦਾ ਹੈ ਟੀਚਾ ਵੇਖੋ ਬੱਚਾ ਸਵੇਰੇ ਸਕੂਲ ਜਾਂਦਾ ਉਹਦੀ ਵਰਦੀ ਪ੍ਰੈਸ ਹੁੰਦੀ ਹੈ ਉਹਦਾ ਟਿਫਨ ਚ ਖਾਣਾ ਬਣਦਾ ਪੈਕ ਹੁੰਦਾ ਉਹਨੂੰ ਗੱਡੀ ਲੈ ਕੇ ਜਾਂਦੀ ਹੈ ਇਹ ਸਾਰਾ ਕੁਝ ਕਾਦੇ ਲਈ ਕੀਤਾ ਜਾਂਦਾ ਹੈ ਇਹ ਸਾਰਾ ਕੀ ਮਕਸਦ ਲਈ ਕਿ ਸਾਡਾ ਬੱਚਾ ਸਕੂਲ ਵਿੱਚ ਜਾ ਕੇ ਪੜ੍ਹ ਸਕੇ ਇਸੇ ਲਈ ਹੁੰਦਾ ਜੀ ਕਿ ਉਹ ਉਹ ਆਪਣੇ ਉਸ ਕੰਮ 'ਚ ਕਾਮਯਾਬ ਹੋ ਸਕੇ ਇਹ ਸਾਰਾ ਕੁਝ ਇੱਕ ਬੱਚੇ ਨੂੰ ਪੜ੍ਹਾਉਣ ਲਈ ਇਹ ਖਿਡਾਰੀ ਜਦੋਂ ਗਰਾਊਂਡ ਵਿੱਚ ਖੇਡਦਾ ਉਹਨੂੰ ਖੇਡ ਵਿੱਚ ਸਫਲ ਕਰਨ ਵਾਸਤੇ ਕਿੰਨਿਆਂ ਦਾ ਯੋਗਦਾਨ ਹੁੰਦਾ ਹੈ ਜੀ ਕੋਈ ਬਾਲ ਤਿਆਰ ਕਰਦਾ ਹੈ ਕੋਈ ਬੈਟ ਤਿਆਰ ਕਰਦਾ ਹੈ ਕੋਈ ਹੌਕੀ ਤਿਆਰ ਕਰਦਾ ਹੈ ਕੋਈ ਉਹਦੀ ਵਰਦੀ ਤਿਆਰ ਕਰਦਾ ਹੈ ਇੱਕ ਖਿਡਾਰੀ ਤੱਕ ਸਮਾਨ ਪਹੁੰਚਾਉਣ ਲਈ ਕਿੰਨਿਆਂ ਦਾ ਯੋਗਰ ਲੱਗਾ ਹੁੰਦਾ ਹੈ ਤੇ ਉਹ ਕੀ ਉਮੀਦ ਲਾਉਂਦੇ ਨੇ ਵੀ ਖਿਡਾਰੀ ਜਿੱਤ ਕੇ ਆਵੇ ਇਹਦੇ ਆ ਜੀ ਇੱਕ ਖਿਡਾਰੀ ਨੂੰ ਜਿੱਤ ਤੱਕ ਲਿਜਾਣ ਵਾਸਤੇ ਕਿੰਨਿਆਂ ਦਾ ਯੋਗਦਾਨ ਹੈ ਜਿਨੇ ਜਿਨੇ ਗਰਾਊਂਡ ਸਾਫ਼ ਕੀਤੀ ਉਹਦਾ ਯੋਗਦਾਨ ਨਹੀਂ ਹੈ ਜਿਨੇ ਥੋ ਘਾਹ ਕਟਿਆ ਹੈ ਜਿਹੜਾ ਪਾਣੀ ਪੀਉਂਦਾ ਹੈ ਉਹਦਾ ਯੋਗਦਾਨ ਨਹੀਂ ਹੈ ਜਿਹੜਾ ਕੋਚ ਹੈ ਉਹਦਾ ਯੋਗਦਾਨ ਨਹੀਂ ਹੈ ਜਿਨ੍ਹਾਂ ਨੂੰ ਖਾਣਾ ਬਣਾ ਕੇ ਖਵਾਇਆ ਉਹਦਾ ਯੋਗਦਾਨ ਨਹੀਂ ਹਰ ਇੱਕ ਦਾ ਯੋਗਦਾਨ ਹੈ ਤੇ ਹਰ ਇੱਕ ਨੇ ਖਿਡਾਰੀ ਤੱਕ ਇੰਨਾ ਯੋਰ ਕਿਉਂ ਲਾਇਆ ਕਿ ਖਿਡਾਰੀ ਆਪਣੇ ਟੀਚੇ 'ਚ ਆਪਣੇ ਮਕਸਦ 'ਚ ਕਾਮਯਾਬ ਹੋ ਸਕੇ ਤੇ ਉਹਦਾ ਮਕਸਦ ਕੀ ਹੈ ਜਿੱਤਣਾ ਖੇਡਣਾ ਆਪਣੇ ਲਈ ਉਹ ਖੇਡਦਾ ਹੀ ਹੈ ਨਾ ਜਿੱਤਣ ਵਾਸਤੇ ਕੋਈ ਖਿਡਾਰੀ ਹਾਰਨ ਵਾਸਤੇ ਨਹੀਂ ਖੇਡਦਾ ਜਿੱਤਣ ਲਈ ਖੇਡਦਾ ਵੱਖਰੀ ਗੱਲ ਹੈ ਕਿ ਅਗਲਾ ਖਿਡਾਰੀ ਵੀ ਖੇਡ ਰਿਹਾ ਜਿੱਤੂ ਵੀ ਸਕਦਾ ਹੈ ਉਹਨੇ ਇਦਾਂ ਹੀ ਜਿਵੇਂ ਬਾਕੀ ਸਾਰਿਆਂ ਕੰਮਾਂ ਬਾਰੇ ਸਾਨੂੰ ਆਪਣਾ ਮਕਸਦ ਪਤਾ ਹੈ ਕਦੀ ਆਪਨੀ ਜ਼ਿੰਦਗੀ ਚ ਆਪਣੇ ਮਨ ਦਾ ਮਕਸਦ ਜਾਣਿਆ ਵੀ ਮੇਰੇ ਮਨ ਦਾ ਮਕਸਦ ਕੀ ਮਨ ਕਰ ਮਕਸੂਦ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਨਾਲ ਜੋੜਨਾ ਸ਼ਬਦ ਗਿਆਨ ਨਾਲ ਜੋੜਨਾ ਇਹ ਸਾਡੀ ਜ਼ਿੰਦਗੀ ਦਾ ਮਕਸਦ ਹੋਣਾ ਚਾਹੀਦਾ ਹੈ ਟੀਚਾ ਹੋਣਾ ਚਾਹੀਦਾ ਹੈ ਫਿਰ ਕੀ ਹੋਏਗਾ ਜਹ ਧਿਰ ਦੇਖਾਂ ਫਿਰ ਜਿਹੜੇ ਵੀ ਧਿਰ ਵਾਲੇ ਜਿਹੜੇ ਬੰਨੇ ਵੀ ਤੂੰ ਵੇਖੇਗਾ ਨਾ ਤੇਹ ਤੇਰਾ ਮਾਜੂਦਾ ਫਿਰ ਜਿਹੜੀ ਧਿਰ ਜਿੱਧਰ ਵੀ ਵੇਖੇਗਾ ਤੈਨੂੰ ਉਧਰ ਹੀ ਉਹ ਮजूद ਨਜ਼ਰ ਆਉ ਵੀ ਹਰ ਥਾਂ ਤੇ ਬੈਠਾ ਆ ਪਰ ਕਦੋਂ ਜਦੋਂ ਤੇਰਾ ਮਨ ਸ਼ਬਦ ਗਿਆਨ ਨਾਲ ਜੁੜ ਗਿਆ ਅਜੇ ਜੁੜਿਆ ਨਹੀਂ ਅਜੇ ਦਿਸਦਾ ਨਹੀਂ ਅਜੇ ਜੁੜਿਆ ਵੀ ਨਹੀਂ ਤੇ ਦਿਸਦਾ ਵੀ ਨਹੀਂ ਜਦੋਂ ਜੁੜ ਗਿਆ ਉਦੋਂ ਦਿਸ ਪੈਣਾ ਬੰਦਾ ਨਾ ਹਰ ਬੰਦਾ ਨਾ ਸਾਰੇ ਬੋਲੋ ਨਾਨਕ ਵੰਦਨਾ ਹਾਰ ਗੁਣ ਗਾਵੋ ਸੁਭਾਨ ਗੋਪਾਲ ਦੇ ਗੁਣ ਗਾਉਣੇ ਹੀ ਗੋਪਾਲ ਦੇ ਅੱਗੇ ਬੰਦਨਾ ਕਰਨੀ ਹੈ ਨਮਸਕਾਰ ਕਰਨੀ ਹੈ ਵੱਡੇ ਭਾਗ ਭੇਟੇ ਗੁਰ ਦਿਵਾਨ ਆਪਣੇ ਕਈ ਵਾਰੀ ਕਿਹਾ ਕਿਸੇ ਨੂੰ ਗੁਰਦੁਆਰਾ ਸਾਹਿਬ ਚੱਲ ਭਾਈ ਬਾਣੀ ਪੜਿਆ ਕਰ ਪਾਠ ਕਰਿਆ ਕਰ ਅੱਗੋਂ ਕੀ ਜਵਾਬ ਮਿਲਦਾ ਭਲਾ ਤੁਹਾਡੇ ਭਾਗ ਵੱਡੇ ਆ ਸਾਡੇ ਭਾਗ ਜੀ ਮਹਾਰਾਜ ਨੇ ਵੱਡੇ ਬੋਲੋ ਸਾਰੇ ਮੰਨ ਲਓ ਇੱਕ ਭੈਣ ਸਹਿਜ ਪਾਠ ਕਰਦੀ ਹੈ ਇੱਕ ਵੀਰ ਸਹਿਜ ਪਾਠ ਕਰਦਾ ਜਾਂ ਮੰਨ ਲਓ ਇਦਾਂ ਕੋਲ ਬਕਾਇਆ ਕਰਨ ਜੀ ਪਤਨੀ ਸਹਿਜ ਪਾਠ ਕਰਦੀ ਉਹ ਵੀ ਚਾਹੁੰਦੀ ਮੇਰਾ ਪਤੀ ਵੀ ਕਰੇ ਕਈਆਂ ਕਰਾਂ ਜੀ ਪਤੀ ਸਹਿਜ ਪਾਠ ਕਰਦਾ ਹੈ ਉਹ ਚਾਹੁੰਦਾ ਮੇਰੀ ਪਤਨੀ ਵੀ ਕਰੇ ਤੇ ਅੱਗੇ ਉਹ ਜਵਾਬ ਕੀ ਮਿਲਦਾ ਸਰਦਾਰ ਜੀ ਤੁਸੀਂ ਵੀ ਸਹਿਜ ਪਾਠ ਕਰ ਲਿਆ ਕਰੋ ਇੱਕ ਅਦੰਕ ਉਹ ਕਿਉਂ ਕੀ ਜਵਾਬ ਦਿੰਦੇ ਨੇ ਵੇਖ ਤੇਰੇ ਭਾਗ ਜਾਗ ਪਏ ਤੇਰੇ ਭਾਗ ਵੱਡੇ ਆ ਜਦੋਂ ਮੇਰੇ ਭਾਗ ਵੱਡੇ ਹੋਣਗੇ ਮੈਂ ਵੀ ਪਾਠ ਇਹਦੇ ਪਤੀ ਨੇ ਪਤਨੀ ਨੂੰ ਕਿਹਾ ਭਾਗਾ ਵਾਲੀਏ ਤੂੰ ਵੀ ਸਹਿਜ ਪਾਠ ਇੱਕ ਅੰਕ ਕਰ ਲਿਆ ਕਰ ਉਹ ਵੀ ਕੀ ਆਂਦੀ ਅੱਗੇ ਤਵਾੜੇ ਭਾਗ ਵੱਡੇ ਆ ਤੁਹਾਨੂੰ ਮਹਾਰਾਜ ਨੇ ਜਗਾਤਾ ਜਿਹਨੂੰ ਮੈਨੂੰ ਵੀ ਮਹਾਰਾਜ ਜਗਾ ਦੇਣਗੇ ਮੈਂ ਵੀ ਸਹਿਜ ਪਾਠ ਬੋਲੋ ਪੜ੍ਹੋ ਅੱਛਾ ਇੱਕ ਇਹ ਪਤਾ ਕਿਦਾਂ ਲੱਗੂ ਵੀ ਮਹਾਰਾਜ ਨੇ ਇਹਨੂੰ ਜਗਾਤਾ ਤੇ ਇਹਨੂੰ ਨਹੀਂ ਜਗਾਇਆ ਅਜੇ ਅੱਛਾ ਪਹਿਲਾਂ ਵੱਡੇ ਭਾਗ ਹੁੰਦੇ ਆ ਫਿਰ ਬੰਦਾ ਗੁਰੂ ਕੋਲ ਆਉਂਦਾ ਵੀ ਪਹਿਲਾਂ ਵੱਡੇ ਭਾਗ ਹੋ ਜਾਣ ਵੀ ਜਦੋਂ ਵੱਡੇ ਭਾਗ ਹੋ ਕੇ ਫਿਰ ਗੁਰੂ ਕੋ ਆਵਾਂਗੇ ਇਹ ਤੇ ਸੇਮ ਇਦਾਂ ਹੀ ਹੋ ਗਈ ਗੱਲ ਕਿ ਆਪਾਂ ਕਿਸੇ ਬੰਦੇ ਨੂੰ ਕਹੀਏ ਭਾਈ ਸਾਹਿਬ ਜੇ ਤੁਸੀਂ ਬਿਮਾਰ ਹੋ ਤੇ ਡਾਕਟਰ ਕੋਲ ਜਾਓ ਤੇ ਉਹ ਬੰਦਾ ਅੱਗੋਂ ਕਵੇ ਵੇਖ ਜਦੋਂ ਮਹਾਰਾਜ ਮੈਨੂੰ ਤੰਦਰੁਸਤੀ ਦੇ ਦੂ ਮੈਂ ਠੀਕ ਹੋ ਜੂ ਫਿਰ ਡਾਕਟਰ ਕੋ ਜਾਊਂ ਜਦੋਂ ਬੰਦਾ ਠੀਕ ਹੋ ਗਿਆ ਫੇਰ ਡਾਕਟਰ ਦੀ ਲੋੜ ਐ ਬੋਲ ਕੇ ਦੱਸੋ ਜੀ ਕਿਸੇ ਬੱਚੇ ਨੂੰ ਕਹੀਏ ਪੁੱਤ ਤੂੰ ਸਕੂਲੇ ਜਾ ਕੇ ਪੜਿਆ ਕਰ ਤੂੰ ਅਗਿਓ ਕਵੇ ਜਦੋਂ ਮੈਨੂੰ ਪੜ੍ਹਾਈ ਆ ਗਈ ਉਦੋਂ ਮੈਂ ਸਕੂਲੇ ਜਾਇਆ ਕਰਾਂਗਾ ਜਦੋਂ ਤੈਨੂੰ ਸਭ ਕੁਝ ਪੜ੍ਹਨੇ ਆ ਗਿਆ ਫੇਰ ਤੈਨੂੰ ਸਕੂਲ ਦੀ ਕੀ ਲੋੜ ਐ ਸਕੂਲੇ ਜਾ ਕੇ ਤੇ ਤੂੰ ਪੜਨਾ ਸਿੱਖਣਾ ਹੈ ਵੱਡੇ ਭਾਗ ਮੇਰੇ ਉਦੋਂ ਹੋਣੇ ਜਦੋਂ ਮੈਨੂੰ ਗੁਰੂ ਮਿਲੇਗਾ ਜੇ ਮੇਰੇ ਪਹਿਲੇ ਵੱਡੇ ਭਾਗ ਹੋ ਗਏ ਫਿਰ ਗੁਰੂ ਦਾ ਕੀ ਸਥਾਨ ਹੈ ਮੇਰੇ ਜੀਵਨ 'ਚ ਜਦੋਂ ਗੁਰੂ ਦੀ ਸਿੱਖਿਆ ਆਏਗੀ ਉਦੋਂ ਭਾਗ ਮੇਰੇ ਵੱਡੇ ਬਣਨੇ ਨੇ ਉਦੋਂ ਤੋਂ ਮੈਂ ਆਪਣੇ ਭਾਗ ਕੋਈ ਜੰਮ ਦਾ ਬੱਚਾ ਡਾਕਟਰ ਨਹੀਂ ਕੋਈ ਜੰਮ ਦਾ ਬੱਚਾ ਪਾਇਲਟ ਨਹੀਂ ਕੋਈ ਜੰਮ ਦਾ ਬੱਚਾ ਆਈਪੀਐਸ ਅਫਸਰ ਨਹੀਂ ਕੋਈ ਜੰਮ ਦਾ ਬੱਚਾ ਇੰਜੀਨੀਅਰ ਨਹੀਂ ਉਹ ਆਪਣੇ ਭਾਗ ਖੁਦ ਆ ਬਣਾਉਂਦਾ ਹੈ ਲੜਦਾ ਹਲਾਤਾਂ ਨਾਲ ਕਈਆਂ ਦੇ ਵੱਡਿਆਂ ਘਰਾਂ ਦੇ ਬੱਚੇ ਵੀ ਨਾਰਮਲ ਹੁੰਦੇ ਨੇ ਨਹੀਂ ਕਿਸੇ ਮੁਕਾਮ ਤੱਕ ਪਹੁੰਚਦੇ ਝੌਂਪੜੀਆਂ 'ਚ ਰਹਿਣ ਵਾਲੇ ਬੱਚਿਆਂ ਦੇ ਕਈ ਵਾਰੀ ਬੱਚੇ ਆਈਪੀਐਸ ਇੱਕ ਸਧਾਰਨ ਬੰਦਾ ਜਿਹਦਾ ਬਾਪ ਕਦੀ ਚਾਹ ਦੀ ਦੁਕਾਨ ਲਾ ਕੇ ਬੈਠਾ ਸੀ ਇੱਕ ਰੇਲਵੇ ਸਟੇਸ਼ਨ ਤੇ ਇੱਕ ਰੇੜੀ ਲਾ ਕੇ ਕੰਮ ਕਰਨ ਵਾਲੇ ਦਾ ਬੇਟਾ ਵੀ ਕਈ ਵਾਰੀ ਜੱਜ ਬਣ ਜਾਂਦਾ ਜਿਉਂ ਹੀ ਤੱਕ ਤਾਂ ਸਾਡੀ ਕਿਸਮ 'ਚ ਪੜ੍ਹਾਈ ਕਿੱਥੇ ਸਾਡੇ ਭਾਗ ਕਿੱਥੇ ਕਈਆਂ ਦੇ ਘਰਾਂ 'ਚ ਤਿੰਨ ਤਿੰਨ ਇੰਟਰਨੈਟ ਲੱਗੇ ਹੁੰਦੇ ਨੇ ਨਹੀਂ ਬੱਚਾ ਫੜ ਪਾਉਂਦਾ ਕਈ ਦੂਜਿਆਂ ਦੇ ਘਰਾਂ ਦੇ ਇੰਟਰਨੈਟ ਦੇ ਸਾਰੇ ਦੂਜਿਆਂ ਦੇ ਘਰਾਂ ਦੀ ਰੋਸ਼ਨੀ ਦੇ ਸਾਰੇ ਕਿੱਥੋਂ ਦੇ ਕਿੱਥੇ ਪਹੁੰਚ ਜਾਂਦੇ ਨੇ ਇਹ ਡਿਪੈਂਡ ਕਰਦਾ ਬੰਦੇ ਆ ਤੇਰੇ ਤੇ ਤੂੰ ਕੀ ਕਰਨਾ ਚਾਹੁੰਦਾ ਸਮੇਂ ਦੇ ਹਾਲਾਤ ਬਦਲਨੇ ਪੈਂਦੇ ਨੇ ਪਤਾ ਨਹੀਂ ਕਿਹੜੇ ਵਕਤ ਕਿੱਥੇ ਕੀ ਹੋ ਜਾਣਾ ਹੈ ਆਪਣੇ ਆਪ ਨੂੰ ਤਗੜਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਕਦੀ ਆਪਣੇ ਆਪ ਨੂੰ ਢੈਂਦੀ ਕਲਾਚ ਨਾ ਖੜੋ ਕਦੀ ਆਪਣੇ ਬ੍ਰੇਨ ਤੱਕ ਇਹ ਮੈਸੇਜ ਲੈ ਕੇ ਨਹੀਂ ਜਾਣ ਦੇਣਾ ਇਹ ਕੰਮ ਮੇਰੇ ਕੋਲੋਂ ਨਹੀਂ ਹੋ ਸਕਦਾ ਨਾ ਹਰ ਕੰਮ ਹੋ ਸਕਦਾ ਪਿੰਗਲ ਪਰਬਤ ਪਾਰ ਪਰੇ ਪਿੰਗਲਾ ਵੀ ਪਰਬਤ ਚੜ ਸਕਦਾ ਕਿਹੜਾ ਪਿੰਗਲਾ ਪਿੰਗਲਾ ਹੀ ਹੁੰਦਾ ਕਈ ਵਾਰੀ ਬੰਦਾ ਆ ਲੱਤਾਂ ਬਾਹਾਂ ਨਾ ਪਿੰਗਲਾ ਨਹੀਂ ਹੁੰਦਾ ਸੋਚ ਕਰਕੇ ਪਿੰਗਲਾ ਹੁੰਦਾ ਸੋਚ ਕਰਕੇ ਪਿੰਗਲਾ ਹੁੰਦਾ ਸੋਚ ਪਿੰਗੜੀ ਐ ਲੱਤਾਂ ਬਾਵਾ ਨਹੀਂ ਲੱਤਾਂ ਬਾਵਾ ਤੇ ਕਈਆਂ ਬੰਦਿਆਂ ਦੀਆਂ ਬਹੁਤ ਤੰਦਰੁਸਤ ਹੁੰਦੀਆਂ ਨੇ ਪਿੰਗੜਾ ਕੌਣ ਆ ਪਿੰਗੜਾ ਕੌਣ ਜਿਹੜਾ ਤੁਰ ਨਾ ਸਕਦਾ ਹੋਵੇ ਤੇ ਜਿਸ ਬੰਦੇ ਕੋਲ ਲੱਤਾਂ ਬਾਵਾ ਚੰਗੀਆਂ ਭੜੀਆਂ ਪਰ ਚੰਗੇ ਕੰਮ ਕਦੀ ਜ਼ਿੰਦਗੀ ਚ ਕੀਤੇ ਨਾ ਹੋਣ ਉਹ ਸਮਾਜ ਵਾਸਤੇ ਪਿੰਗੜਾ ਹੀ ਐ ਲੋਕਾਂ ਦੇ ਭਾਈ ਜਿਹਨੋਂ ਲੱਤਾਂ ਚੰਗੇ ਕੰਮ ਵਾਲੇ ਬਣੇ ਤੁਰੀਆਂ ਹੀ ਨਹੀਂ ਤੇ ਫਿਰ ਲੱਤਾਂ ਨਾ ਹੋਆਂ ਬਰਾਬਰੀ ਹੋਈਆਂ ਇੰਗਲ ਪਰਬਤ ਪਾਰ ਪਰੇ ਪਿੰਗਲਾ ਵੀ ਪਰਬਤ ਪਾਰ ਕਰ ਸਕਦਾ ਹੈ ਪਰਬਤ ਹੁੰਦਾ ਚੁਣੌਤੀ ਪਰਬਤ ਹੁੰਦਾ ਤੁਹਾਡੇ ਸਾਹਮਣੇ ਵੱਡੀ ਮੁਸ਼ਕਲ ਉਹਨੂੰ ਵੀ ਪਾਰ ਲੰਘ ਗਿਆ ਖਲ ਚਤਰਬ ਕੀਤਾ ਖਲ ਕਹਿੰਦੇ ਮੂਰਖ ਨੂੰ ਮੂਰਖ ਵੀ ਚੰਗਾ ਵਕਤਾ ਬਣ ਗਿਆ ਕਦੇ ਆਪਣੇ ਪਰਿਵਾਰਾਂ ਚ ਕੋਈ ਗੱਲ ਕਰਿਆ ਆਪਾਂ ਨੇ ਕਦੇ ਇਹਨੂੰ ਬੜਾ ਪਤਾ ਹੈ ਪਰ ਪਤਾ ਨਹੀਂ ਕਦੋਂ ਕਿਹੜੇ ਵਖਤ ਇਹਨੇ ਆਮ ਬੰਦਿਆਂ ਨਾਲ ਵੀ ਸਿਆਣੀਆਂ ਗੱਲਾਂ ਕਰਨ ਲੱਗ ਪੈਣਾ ਖਲ ਚਤਰਬ ਕੀਤਾ ਆੰਦੋਲੇ ਤੇਰ ਪਮਣ ਸੁਝੇ ਆਪਣੇ ਬੱਚੇ ਹੁੰਦੇ ਘਰਾਂ ਚ ਕਈ ਵਾਰੀ ਆਪਾਂ ਨੂੰ ਆਪਣੇ ਬੱਚਿਆਂ ਦੀ ਸਿਆਣਪ ਦਾ ਨਹੀਂ ਪਤਾ ਹੁੰਦਾ ਆਪਣੇ ਘਰ ਚ ਕਿਉਂਕਿ ਆਪਾਂ ਕਈ ਵਾਰੀ ਟਾਈਮ ਹੀ ਨਹੀਂ ਦਿੰਦੇ ਉਹਨਾਂ ਨੂੰ ਗੱਲ ਕਰਨ ਦਾ ਵੀ ਉਹ ਕੌਣ ਨੇ ਉਹ ਜਦੋਂ ਵਕਤ ਆਉਂਦਾ ਹੈ ਕਈ ਵਾਰੀ ਕੋ ਬਾਹਰੋਂ ਪਤਾ ਲੱਗਦਾ ਵੀ ਤੁਹਾਡੀ ਬੇਟੀ ਇੰਨੀ ਇੰਟੈਲੀਜੈਂਟ ਹੈ ਤੁਹਾਡਾ ਬੇਟਾ ਇੰਨਾ ਇੰਟੈਲੀਜੈਂਟ ਆ ਫਿਰ ਬੰਦਾ ਸੋ ਜਾ ਉਹ ਮਨਾ ਮੈਂ ਸਾਰੀ ਜ਼ਿੰਦਗੀ ਲੋਕਾਂ ਨਾਲ ਹੀ ਕੰਪੇਅਰ ਕਰਦਾ ਰ ਆਪਣੇ ਬੱਚਿਆਂ ਨੂੰ ਮੇਰੀ ਧੀ ਮੇਰਾ ਪੋਤਾ ਇੰਨਾ ਸਿਆਣਾ ਹੈ ਉਹ ਸਿਆਣੇ ਸੀ ਪਰ ਤੂੰ ਕਦੀ ਬੈਠ ਕੇ ਨਹੀਂ ਸੀ ਵੇਖਿਆ ਉਹਨਾਂ ਨਾਲ ਤੂੰ ਕਦੀ ਉਹਨਾਂ ਨਾਲ ਬੈਠ ਕੇ ਵਿਚਾਰ ਕਰਕੇ ਵੇਖੀ ਨਹੀਂ ਸੀ ਸਾਡੇ ਨਾਲ ਦੀਵੇ ਥੱਲੇ ਹਨੇਰਾ ਵਾਲੀ ਗੱਲ ਹੁੰਦੀ ਕਈ ਵਾਰੀ ਪਤਾ ਨਹੀਂ ਕਿਹੜਾ ਕਿੱਥੇ ਕਿਹੜੇ ਵਕਤ ਕਈ ਵਾਰੀ ਪੋਤਰੀ ਵੀ ਦਾਦੇ ਨਾਲੋਂ ਦਾਦੀ ਨਾਲੋਂ ਵਧੀਆ ਤੇ ਸਿਆਣੀ ਗੱਲ ਕਰ ਸਕਦੀ ਹੈ ਕਈ ਵਾਰੀ ਪੋਤਰਾ ਵੀ ਦੋਤਾ ਨਾਨੇ ਨਾਨੀਆਂ ਨਾਲੋਂ ਸਿਆਣੀ ਗੱਲ ਕਰ ਸਕਦਾ ਹੈ ਸੱਸ ਭਾਵੇਂ ਸਕੂਲ ਨਹੀਂ ਗਈ ਪਰ ਉਹ ਕਈ ਵਰੀ ਇਹਨੀ ਸਿਆਣੀ ਗੱਲ ਕਰਦੀ ਹੈ ਕਿ ਵੱਡੀਆਂ-ਵੱਡੀਆਂ ਪੜ੍ਹਾਈਆਂ ਵੀ ਉਹਦੇ ਸਾਹਮਣੇ ਫੇਲ ਹੋ ਜਾਂਦੀਆਂ ਨੇ ਸਿਆਣਪ ਦਾ ਸਬੰਧ ਤੁਹਾਡੀ ਉਮਰ ਨਾਲ ਨਹੀਂ ਸਿਆਣਪ ਦਾ ਸਬੰਧ ਤੁਹਾਡੀ دنیਵੀ ਐਜੂਕੇਸ਼ਨ ਨਾਲ ਨਹੀਂ ਹੈਗਾ ਨੋ 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 ਜੇ ਸਿਆਣਪ ਨਾਲ ਐਜੂਕੇਸ਼ਨ ਨਾਲ ਸਬੰਧ ਹੋਵੇ ਤੇ ਪੜ੍ਹੇ ਲਿਖੇ ਬੰਦੇ ਜੋਤਸ਼ੀਆਂ ਪਾਉਂਦੇ ਆ ਸਿਆਣਿਆਂ ਦੇ ਆਖੇ ਲਾ ਕੇ ਗੁੱਟਾਂ ਤੇ ਲਾਲ ਪੀਲੇ ਧਾਗਿਆਂ ਕੋ ਬੰਨਣ ਬਈ ਕਿ ਇਹ ਨਾ ਪੜ੍ਹ ਲਿਖ ਕੇ ਜੇ ਤੇਰੇ ਦਿਮਾਗ 'ਚ ਇਹ ਗੱਲ ਬੈਠੀ ਹੈ ਕਿ ਐਸ ਧਾਗੇ ਨੇ ਸ਼ਾਇਦ ਮੇਰਾ ਮਸਲਾ ਹੱਲ ਕਰਨਾ ਹੈ ਤੇ ਫਿਰ ਤੇਰੀ ਐਜੂਕੇਸ਼ਨ ਕਿੱਥੇ ਗਈ ਬਈ ਇਹਦਾ ਮਤਲਬ ਐਜੂਕੇਸ਼ਨ ਤੈਨੂੰ ਬਾਕੀ ਬਹੁਤ ਕੁਝ ਸਿਖਾ ਸਕਦੀ ਹੈ ਪਰ ਸਿਆਣਪ ਉਹ ਟਰੱਕਾ ਮਗਰ ਲਿਖਿਆ ਹੁੰਦਾ ਵੀ ਬਦਾਮ ਖਾ ਕੇ ਅਕਲ ਨਹੀਂ ਆਉਂਦੀ ਧੱਕੇ ਖਾ ਕੇ ਆਉਂਦੀ ਹੈ ਬਦਾਮ ਤੇ ਸਵੇਰੇ ਉੱਠ ਕੇ ਭਾਵੇਂ 20 ਚੱਬ ਲਓ ਪਰ ਤਜਰਬਾ ਕਈ ਵਾਰੀ ਕੰਮ ਆਉਂਦਾ ਹੈ ਜਿਹੜੇ ਤੁਸੀਂ ਧੱਕੇ ਖਾਦੇ ਨੇ ਮਿਹਨਤ ਕੀਤੀ ਹੁੰਦੀ ਹੈ ਮੁਸ਼ਕਲ ਕੀਤੀ ਹੁੰਦੀ ਆ ਆਪਣੇ ਪਿੰਡੇ ਤੇ ਹੰਡਾਇਆ ਹੁੰਦਾ ਰੋਜ਼ ਇੱਕ ਦਿਨ ਸਾਡੇ ਵਾਸਤੇ ਇੱਕ ਸਾਨੂੰ ਲੈਸਨ ਦੇਣ ਆਉਂਦਾ ਸਿੱਖਿਆ ਦੇਣ ਆਉਂਦਾ ਜਿੰਦਗੀ ਚ ਮੰਨ ਲਓ ਐਗਜ਼ਾਮਪਲ ਦਿਨਾ ਤੁਸੀਂ ਕਾਰ ਲੈ ਕੇ ਗਏ ਤੁਹਾਡੀ ਗੱਡੀ ਕਦੀ ਪੈਂਚਰ ਹੀ ਨਹੀਂ ਹੋਈ ਤੁਹਾਨੂੰ ਸਟੱਪਣੀ ਦੀ ਅਹਿਮੀਅਤ ਦਾ ਕਿਦਾਂ ਪਤਾ ਲੱਗੂ ਤੁਸੀਂ ਤੇ ਜਿੰਦਗੀ ਚ ਕਦੀ 10 ਸਾਲ ਗੱਡੀ ਤੁਹਾਡੇ ਕੋਲ ਰਵੇ ਜੇ ਇੱਕ ਵਾਰ ਵੀ ਟਾਇਰ ਪੈਂਚਰ ਨਾ ਹੋਵੇ ਤੁਹਾਨੂੰ ਤੇ ਜੈਕ ਦਾ ਵੀ ਨਹੀਂ ਪਤਾ ਲੱਗਣਾ ਲੱਗਣਾ ਕਿਵੇਂ ਤਾਂ ਤੇ ਵੀ ਨਹੀਂ ਪਤਾ ਲੱਗਣਾ ਬਈ ਦਾ ਨਾਟਕ ਕਿੱਦਾਂ ਖੋਲਣਾ ਹੈ ਉਹ ਜਿਹਨੂੰ ਇੱਕ ਦੋ ਵਾਰ ਸਾਡੇ ਨਾਲ ਘਟਨਾ ਵਾਫਰਦੀ ਹੈ ਤੇ ਚੀਜ਼ਾਂ ਸਾਨੂੰ ਸਿਖਾਉਂਦੀਆਂ ਨੇ ਜਦੋਂ ਗੋਡੇ ਪਰਿਆ ਪਰਿਵਾਰ ਤੇਰੇ ਨਾਲ ਹੋਵੇ 20 ਕਿਲੋਮੀਟਰ ਪਿੱਛੇ ਦੁਕਾਨ ਨਾ ਹੋਵੇ ਕੋ 20 ਕਿਲੋਮੀਟਰ ਅੱਗੇ ਦੁਕਾਨ ਨਾ ਹੋਵੇ ਚੌਂਕ ਇੱਕ ਜਗ੍ਹਾ ਜਾਣ ਕੇ ਤੇਰੀ ਗੱਡੀ ਦਾ ਟਾਇਰ ਫਟ ਜਾਏ ਉੱਥੇ ਤੈਨੂੰ ਫਿਰ ਪਤਾ ਲੱਗਦਾ ਜਦ ਨਾਲ ਤੇਰੇ ਤੇਰੀ ਪਤਨੀ ਹੈ ਛੋਟੇ ਬੱਚੇ ਨੇ ਹੁਣ ਜਦੋਂ ਆਪ ਪਸੀਨੇ 'ਚ ਜੈਕ ਲਾਏਗਾ ਇੱਕ ਤੇਰੇ ਦਿਮਾਗ 'ਚ ਪਿਕਚਰ ਆਊਗੀ ਕਿ ਅੱਜ ਇੱਕ ਜੱਕ ਲਾਇਆ ਤੇ ਇੱਕ ਟਾਇਰ ਬਦਲਿਆ ਮੇਰੀ ਇਹ ਹਾਲਤ ਹੋਈ ਤਨ ਨੇ ਯਾਰੋ ਲੋਕ ਜਿਹੜੇ ਅਤ ਦੀ ਗਰਮੀ ਚ ਰੋਜ਼ ਕਿਨੇ ਕਿਨੇ ਟੈਰਾਂ ਟਰੱਕਾਂ ਥੱਲੇ ਗੱਡੀਆਂ ਥੱਲੇ ਜੱਕ ਲਾ ਕੇ ਟਾਇਰ ਚੇਂਜ ਕਰਦੇ ਤੈਨੂੰ ਉਹਨਾਂ ਦੀ ਪੀੜਾ ਮਹਿਸੂਸ ਹੋਏਗੀ ਕਿ ਮੈਂ ਕਿਵਰੀ ਦਬਕੇ ਮਾਰ ਦਿੰਨਾ ਉਹਨਾਂ ਨੂੰ ਮੈਂ ਕਿਵਰੀ ਉਹਨਾਂ ਤੇ ਰੋਪ ਪਾਉਣਾ ਯਾਰ ਮੈਂ ਪੰਜਾਂ ਮਿੰਟਾਂ 10 ਮਿੰਟਾਂ ਜੀ ਮੇਰੇ ਨਾਲ ਆ ਹਾਲਾਤ ਹੋ ਗਏ ਹਰ ਘਟਨਾ ਸਾਨੂੰ ਸਿਖਾਉਣ ਵਾਸਤੇ ਆਉਂਦੀ ਹੈ ਜ਼ਿੰਦਗੀ 'ਚ ਕਦੀ ਨਾ ਸੋਚੋ ਵੀ ਸੋਖੀ ਸੋਖ ਹੈ ਨਾ 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 ਦੁੱਖ ਸੁੱਖ ਜ਼ਿੰਦਗੀ ਦੇ ਕੱਪੜੇ ਨੇ ਕਟਨਾਵਾ ਤੁਹਾਡੀ ਜ਼ਿੰਦਗੀ 'ਚ ਆਉਣੀਆਂ ਨੇ ਤਗੜਾ ਕਰੋ ਆਪਣੇ ਆਪ ਨੂੰ ਇਹ ਨਾ ਕੋ ਦੁੱਖ ਨਾ ਵੇ ਕੋ ਦਾਤਾ ਮੈਨੂੰ ਇਹ ਨਾਲ ਤਗੜਾ ਕਰ ਦਿਓ ਮੈਂ ਹਰ ਸਮੱਸਿਆ ਵਿੱਚ ਡਟ ਕੇ ਸਮੱਸਿਆ ਦਾ ਮੁਕਾਬਲਾ ਕਰ ਸਕਾਂ ਮੈਂ ਤੁਹਾਡੇ ਕੋਲੋਂ ਇਹ ਤਾਕਤ ਮੰਗਣ ਆਇਆ ਕਿ ਸਮੱਸਿਆ ਆਵੇ ਮੈਂ ਡਟ ਕੇ ਉਸ ਸਮੱਸਿਆ ਦਾ ਮੁਕਾਬਲਾ ਜਿਉ ਮੰਦਰ ਕੋ ਸਾਰੇ ਬੋਲੋ ਜੋ ਮੰਦਰ ਕੋ आवाज ਨਹੀਂ ਆਈ ਪਿਆਰੇਓ ਜੋ ਮੰਦਰ ਕੋ ਉੱਚੀ ਬੋਲੋ आवाज ਜੇ ਨਹੀਂ ਆਈਏ ਮੈਂ ਵੇਖੋ ਸਾਡਾ ਸਮਾਜ ਦੇ ਹਾਲਾਤ ਗਾਣੇ ਗੀਤ ਟੱਪੇ ਕਿਦਾਂ ਸਾਡਾ ਸਮਾਜ ਬੋਲਦਾ ਬਾਣੀ ਦੀ ਗੱਲ ਕਰਨੀ ਹੋਵੇ ਮਾੜਾ ਵੜਾ ਮੂੰਹ ਲਾਉਂਦੇ ਇਦਾ ਹੌਲੀ ਹੌਲੀ ਮੇਰੀ ਸਿੱਧੀਆਂ ਜੀਆਂ ਗੱਲਾਂ ਹੁੰਦੀਆਂ ਜੀ ਮੈਂ ਮੈਂ ਕੋਈ ਲੰਬੀ ਪੋਚੀ ਭਾਸ਼ਾ ਮੈਨੂੰ ਆਉਂਦੀ ਨਹੀਂ ਮੈਂ ਤਾਂ ਸਿੱਧੀ ਗੱਲ ਠਾ ਜਿਹੜੀ ਗੱਲ ਆ ਉਹ ਕਹਿਣਾ ਬਾਣੇ ਪੜ ਲਗਿਆ ਝਿਜਕਣਾ ਨਹੀਂ ਚਾਹੀਦਾ ਜੋ ਸੁਣੋਗੇ ਜੋ ਪੜੋਗੇ ਤੁਹਾਡੇ ਮਾਨੇ ਉਹ ਯਾਦ ਕਰਨਾ ਹੈ ਅੱਜ ਗਾਣੇ ਕਿਦਾਂ ਯਾਦ ਹੈ ਇਹ ਮੁਹੰਮਦ ਰਫੀ ਦਾ ਹੈ ਇਹ ਲਤਾ ਮਗੇਸ਼ ਕਰਦਾ ਹੈ ਇਹ ਕਿਦਾਂ ਪਤਾ ਹੈ ਸੁਣ ਸੁਣ ਕੇ ਯਾਦ ਹੋ ਗਿਆ ਇਹ ਜੇ ਕੱਲ ਦੀਆਂ ਗੱਲਾਂ ਨੇ ਤੇ ਬਾਣੀ ਕਿੰਨੇ 100 ਸਾਲ ਪਹਿਲਾਂ ਉਚਾਰਨ ਕੀਤੀ ਹੈ ਦੋ ਤੁਕਾਂ ਵੀ ਯਾਦ ਨਹੀਂ ਕਿਉਂ ਕਿ ਅਸੀਂ ਬਾਣੀ ਸੁਣਨੀ ਪੜ੍ਹਨੀ ਵਿਚਾਰਨੀ ਇਧਰ ਧਿਆਨ ਕਦੀ ਦਿੱਤਾ ਹੀ ਨਹੀਂ ਇਧਰ ਧਿਆਨ ਅਸੀਂ ਦੇਣਾ ਪਸੰਦ ਹੀ ਨਹੀਂ ਕੀਤਾ ਰੋਜ਼ ਵਕਤ ਕਢੋ ਰੋਜ਼ ਸਮਾਂ ਕਢੋ ਭਾਵੇਂ 5 ਮਿੰਟ 10 ਮਿੰਟ 20 ਮਿੰਟ ਦੁਕਾਨ ਆਉਣ ਤੋਂ ਪਹਿਲਾਂ ਆਪਣੇ ਬਿਜ਼ਨਸ ਤੇ ਜਾਣ ਤੋਂ ਪਹਿਲਾਂ ਜਾਂ ਰਾਤ ਨੂੰ ਘਰ ਜਾਣ ਤੋਂ ਬਾਅਦ ਭਾਵੇਂ ਇੱਕ ਅੰਕ ਰੋਜ਼ ਪੜੋ ਰੋਜ਼ ਸਮਝ ਕੇ ਪੜੋ ਬਾਣੀ ਕਹਿੰਦੀ ਕੀ ਹੈ ਰੋਜ਼ ਇਹਨੂੰ ਵਿਚਾਰੋ ਗੁਰੂ ਦਾ ਉਪਦੇਸ਼ ਕੀ ਆ ਰੋਜ਼ ਆਪਣੇ ਆਪ ਨੂੰ ਉਸ ਬਾਣੀ ਦੇ ਸਾਹਮਣੇ ਲੈ ਕੇ ਜਾਓ ਜਿਵੇਂ ਸੀਸੇ ਦਰਪਣ ਦੇ ਸਾਹਮਣੇ ਆਪਣੇ ਆਪ ਨੂੰ ਲੈ ਕੇ ਜਾਂਦੇ ਆਂ ਇਦਾਂ ਸਿਖਾਉਂਦੀ ਬਾਣੀ ਸਾਨੂੰ ਤੋ ਹਜ਼ੂਰ ਕਿੰਨੇ ਬੰਦਨ ਨਾ ਹਰ ਬੰਦਨ ਨਾ ਗੁਣ ਗਾਵੋ ਗੋਪਾਲ ਰਾਏ ਵੱਡੇ ਭਾਗ ਵੱਡੇ ਭਾਗ ਹੋ ਗਏ ਕਹਤੋਂ ਪੇਟੇ ਗੁਰਦੇਵਾਂ ਜਦੋਂ ਮੈਂ ਗੁਰਦੇਵ ਨੂੰ ਭੇਟ ਲਿਆ ਜਦੋਂ ਮੈਂ ਗੁਰਦੇਵ ਨੂੰ ਮਿਲ ਪਿਆ ਮੇਰੇ ਭਾਗ ਵੱਡੇ ਹੋ ਗਏ ਕੋਟ ਪ੍ਰਾਧ ਕੋਟ ਦੇ ਟੈਂਕੇ ਨੂੰ ਸਿਹਾਰੀ ਹੈ ਜਿਹਦਾ ਅਰਥ ਹੈ ਕਰੋੜਾਂ ਕਰੋੜਾਂ ਪ੍ਰਾਧ ਕਰੋੜਾਂ ਮੇਰੇ ਅੰਦਰ ਦੀਆਂ ਗਲਤੀਆਂ ਮਿਟੇ ਮਿਟ ਗਈਆਂ ਕਦੋਂ ਹਰ ਸੇਵਾ ਜਦੋਂ ਮੈਂ ਹਰੀਦੀ ਸੇਵਾ ਕੀਤੀ ਜਦੋਂ ਮੈਂ ਗੁਰੂ ਦੀ ਸੇਵਾ ਕੀਤੀ ਤੇ ਗੁਰੂ ਦੀ ਸੇਵਾ ਕੀਤੀ ਕੀ ਆ ਭਲਾ ਮੇਰੇ ਮਨ ਸਤਗੁਰ ਕੀ ਸੇਵਾ ਲਾਗ ਮੇਰੇ ਮਨਾਂ ਗੁਰੂ ਦੀ ਸੇਵਾ ਚ ਲੱਗ ਜਾ ਬਸ ਕੀ ਆ ਸੇਵਾ ਜੋ ਦੀ ਸੈ ਸੋ ਵਿਣਸਣਾ ਮਨ ਕੀ ਮਤ ਤਿਆਗ ਮਨ ਦੀ ਮਤ ਛੱਡਣੀ ਵੀ ਗੁਰੂ ਦੀ ਸੇਵਾ ਵਾ ਬੋਲੋ ਸਾਰੇ ਮਨ ਦੀ ਮਤ ਛੱਡਣੀ ਵੀ ਗੁਰੂ ਦੀ ਸੇਵਾ ਵਾ ਕੋਟ ਪਰਾਧ ਮਿਟੇ ਹਰ ਸੇਵਾ ਕਰੋੜਾਂ ਐਬ ਕਰੋੜਾਂ ਗੁਨਾਹ ਮਿਟ ਗਏ ਹਰਿ ਦੀ ਸੇਵਾ ਕੀਤੇ ਆ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਪੈ ਚਰਨ ਕਮਲ ਹੁਣ ਰੱਬ ਦੇ ਚਰਨ ਕਿਹੜੇ ਆ ਸ਼ਬਦ ਹਿਰਦੈ ਚਰਨਾ ਸ਼ਬਦ ਸਤਿਗੁਰ ਕੋ ਹਿਰਦੇ ਵਿੱਚ ਚਰਨ ਗੁਰੂ ਦਾ ਸ਼ਬਦ ਨਾਨਕ ਬਾਂਦਿਓ ਪਾਲ ਏ ਨਾਨਕ ਏ ਗੱਲ ਪੱਲੇ ਬੰਨ ਲਾ ਘੁੱਟ ਕੇ ਆਪਣ ਸਾਰੇ ਆਪਣੇ ਗੁਰੂ ਦੇ ਚਰਨ ਧੋ ਕੇ ਪੀਰੇ ਸ਼ਬਦ ਗਿਆਨ ਕੰਨ ਰਾਇ ਚਰਨ ਕਮਲ ਜਾਂ ਕਾ ਮਨ ਰਪੈ ਜੇਦਾ ਮਨ ਚਰਨ ਕਮਲਾਂ ਵਿੱਚ ਰਪ ਗਿਆ ਇਕਮਿਕ ਹੋ ਗਿਆ ਸੋਗ ਅਗਨ ਸੋਗ ਅਗਨ ਉਸ ਉਹਦੇ ਅੰਦਰ ਸੋਗ ਅਗਨ ਤਿਸ ਜਨ ਨਾ ਵਿਆਪੇ ਉਸ ਜਨ ਨੂੰ ਨਹੀਂ ਵਿਆਪੇਗਾ ਸਾਗਰ ਤਰਿਆ ਸਾਰੇ ਬੋਲੋ ਸਾਗਰ ਤਰਿਆ ਸਾਧੂ ਸੰਗੇ ਫਿਰ ਉਹ ਆੜਾ ਡਰਾਂ ਦਾ ਸਾਗਰ ਹੈ ਉਹਨੂੰ ਉਹਨੇ ਤਰਨਾ ਸਿੱਖ ਲਿਆ ਕਿੱਥੋਂ ਸਾਧੂ ਦਾ ਸੰਗ ਕਰਕੇ ਤੇ ਸਾਧੂ ਕੌਣ ਹੈ ਗੁਰੂ ਗਿਆਨ ਮਹਿਮਾ ਸਾਧੂ ਸੰਗ ਕੀ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮਹਿਮਾ ਸੁਣੋ ਸਾਧੂ ਦੇ ਸੰਗ ਦੀ ਮੇਰੇ ਮਿੱਤਰੋ ਮੈਂ ਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾਂ ਮੈਲ ਖੋਈ ਕੋਟ ਅਗ ਹਰੇ ਮੈਲ ਦੂਰ ਕਰ ਦਿੱਤੀ ਤੇ ਕੋਟ ਕਰੋੜਾਂ ਅਗ ਅੰਦਰ ਮਾਰੇ ਵਿਚਾਰ ਖਤਮ ਕਰ ਦਿੱਤੇ ਕੋਟ ਅਗ ਹਰੇ ਨਿਰਮਲ ਪੈ ਚੀਤਾ ਤੇ ਜਿਹੜਾ ਚਿੱਤ ਸੀ ਨਾ ਉਹ ਨਿਰਮਲ ਕਰ ਦਤਾ ਜਿਹੜਾ ਚਿੱਤ ਸੀ ਉਹ ਮੈਲ ਤੋਂ ਰਹਿਤ ਕਰਤਾ ਕਿਹਨੇ ਮੇਰੇ ਗੁਰੂ ਨੇ ਇੱਕ ਵਾਰ ਗੱਜ ਕੇ ਕਹੋ ਤਨ ਸ੍ਰੀ ਗੁਰੂ ਉੱਚੀ ਬੋਲੋ ਤਨ ਸ੍ਰੀ ਗੁਰੂ ਮੇਰੇ ਗੁਰੂ ਨੇ ਮੇਰੇ ਸ਼ਬਦ ਗਿਆਨ ਨੇ ਮੇਰੇ ਮਨ ਦੀ ਮੈਲ ਲਾ ਦਿੱਤੀ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਨਿਰਭਉ ਨਾਮ ਨਿਰਭਉ ਪ੍ਰਭੂ ਦਾ ਨਾਮ ਜਪੋ ਉਹਨੂੰ ਜਪੋ ਹਰ ਰੰਗੇ ਹਰੀ ਦੇ ਰੰਗ ਚ ਭਿੱਜ ਕੇ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਪ੍ਰਾਇਆ ਧਨ ਪਰ ਧਨ ਦੋਖ ਦੋ ਕਹਿੰਦੇ ਐਬ ਨੂੰ ਐਬ ਜ਼ਿੰਦਗੀ ਚੋਣੇ ਪਰ ਧਨ ਦੋਖ ਕਿਚ ਪਾਪ ਨਾ ਫੇੜੇ ਕੋਈ ਪਾਪ ਕੋਈ ਮਾੜੇ ਵਿਚਾਰ ਕੋ ਮਾੜੀ ਸੋਚ ਪੇ ਇਨਸਾਨ ਦੇ ਲਾਗੇ ਨਹੀਂ ਆਉਂਦੀ ਜਮ ਜੰਦਾਰ ਨਾ ਆਵੇ ਨੇੜੇ ਜਿਹੜਿਆ ਜਮ ਪੰਜ ਬੰਦੇ ਨੂੰ ਆਪਣੀਆਂ ਉਂਗਲਾਂ ਤੇ ਨਚਾਈ ਫਿਰਦੇ ਆ ਨਾ ਇਹ ਜਮ ਫਿਰ ਬੰਦੇ ਦੇ ਨੇੜੇ ਨਹੀਂ ਆਉਂਦੇ ਇਹਦੇ ਕੋਲੋਂ ਪੁੱਠੇ ਕੰਮ ਨਹੀਂ ਕਰਾਉਂਦੇ ਜਮ ਜੰਦਾਰ ਨਾ ਆਵੇ ਨੇੜੇ ਤ੍ਰਿਸ਼ਨਾ ਅਗਨਾ ਇਹ ਅੱਗ ਬਲ ਰਹੀ ਬੰਦੇ ਦੇ ਅੰਦਰ ਜਿਹੜੀ ਠੰਡੀ ਨਹੀਂ ਹੁੰਦੀ ਇਹਨੂੰ ਆਖਿਆ ਸੀ ਭੁੱਖਿਆਂ ਭੁੱਖ ਨਾ ਉਤਰ ਜੇ ਬੰਨਾਂ ਪੁਰੀਆਂ ਤ੍ਰਿਸ਼ਨਾ ਦੇ ਅਧੀਨ ਰਿਆ ਕਦੀ ਵੀ ਮਨੁੱਖ ਦੀ ਤ੍ਰਿਪਤੀ ਨਹੀਂ ਹੋ ਸਕਦੀ ਕਦੀ ਤਾਂਖ ਤ੍ਰਿਸ਼ਨਾ ਵਰਲੇ ਹੀ ਕੀ ਬੁਝੀ ਹੈ ਕੋਈ ਵਰਲਿਆ ਇਹ ਤ੍ਰਿਸ਼ਨਾ ਦੀ ਅਗ ਨੇ ਸਮਾਜ ਨੂੰ ਸਾੜ ਕੇ ਕੋਲਾ ਕਰ ਦਿੰਦਾ ਤ੍ਰਿਸ਼ਨਾਯਾਗਨਾ ਪ੍ਰਭ ਆਪ ਬੁਝਾਈ ਤ੍ਰਿਸ਼ਨਾ ਦੀ ਅਗ ਪ੍ਰਭੂ ਨੇ ਆਪ ਬੁਝਾ ਦਿੱਤੀ ਨਾਨਕ ਉਧਰੇ ਪ੍ਰਭ ਸ਼ਰਨਾਈ ਹੈ ਨਾਨਕ ਆਖ ਉਹ ਉਧਰ ਗਏ ਬਚ ਗਏ ਪ੍ਰਭੂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਕੀਆ ਗਿਆਨ ਗੁਣ ਉਪਦੇਸ਼ ਆਓ ਉਹ ਮਾਲਕ ਸਾਰਿਆਂ ਵਿੱਚ ਵਿਆਪਕ ਹੈ ਜਿਸ ਮਾਲਕ ਦੀ ਬਾਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ ਹੈ ਆਓ ਗੁਰਬਾਣੀ ਖੁਦ ਪੜ੍ਹੀਏ ਜਿਸ ਬਾਣੀ ਦੀ ਪੋਥੀ ਨੂੰ ਤਿਆਰ ਕਰਕੇ ਪਾਤਸ਼ਾਹ ਜੀ ਨੇ ਸਾਡੇ ਤੇ ਬੜਾ ਵੱਡਾ ਪਾਪਰਪਕਾਰ ਕੀਤਾ ਹੈ 1604 ਈਸਵੀ ਦੇ ਵਿੱਚ ਇਸ ਪੋਥੀ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਦੇ ਅੰਦਰ ਕਰਕੇ ਜਿੱਥੇ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਦਿਨ ਸਮੁਨਾਰਿਆ ਉੱਥੇ ਗ੍ਰੰਥੀ ਦਾ ਵੀ ਉਦਨ ਪ੍ਰਕਾਸ਼ ਹੋਇਆ ਜੇ ਗ੍ਰੰਥ ਦਾ ਪ੍ਰਕਾਸ਼ ਹੈ ਤੇ ਨਾਲ ਗ੍ਰੰਥੀ ਵੀ ਉਹਦੇ ਵਿੱਚ ਆਇਆ ਹੈ ਸਤਿਕਾਰਯੋਗ ਬਾਬਾ ਬੁੱਢਾ ਜੀ ਨੂੰ ਬੜਾ ਅਦਬ ਦਿੱਤਾ ਬੜੀ ਇੱਜ਼ਤ ਦਿੱਤੀ ਬੜੇ ਸਤਕਾਰ ਨਾਲ ਨਵਾਜਿਆ ਆਓ ਆਪਣੇ ਘਰਾਂ ਵਿੱਚ ਬਾਣੀ ਪੜ੍ਹੀਏ ਸਮਝੀਏ ਵਿਚਾਰੀਏ ਸਵੇਰੇ ਟਾਈਮ ਹੁੰਦਾ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਘਰਾਂ ਦੇ ਕੰਮ ਕਾਰਜ ਕਰਨ ਤੋਂ ਪਹਿਲਾਂ ਆਰੰਭ ਕਰਨ ਤੋਂ ਪਹਿਲਾਂ ਗੁਰਦਰਾ ਸਾਹਿਬ ਇੱਕ ਵਾਰ ਹਾਜ਼ਰੀ ਲਵਾ ਕੇ ਜਾਇਆ ਕਰੋ ਸੋਹਣੇ ਗੁਰਦਰਾ ਦੇ ਮਾਹੌਲ ਬਣਨ ਸਵੇਰੇ ਸ਼ਾਮ ਸੰਗਤ ਜੁੜੇ ਬਾਣੀ ਪੜੋ ਸਹਿਜ ਪਾਠ ਕਰੋ ਜਿਵੇਂ ਤੁਹਾਡੇ ਲਾਕੇ ਚ ਪਹਿਲਾਂ ਵੀ ਬਹੁਤ ਕੈਂਪ ਲੱਗਦੇ ਵੀਰ ਦੀ ਦੱਸ ਰਿਹਾ ਸਮ ਮੈਨੂੰ ਤਾਂ ਚੇਤਾ ਵੀ ਭੁੱਲ ਗਿਆ ਸੀ ਵੀ 2007 ਵਿੱਚ ਮੈਂ ਤੁਹਾਡੇ ਇਸੇ ਸ਼ਹਿਰ ਵਿੱਚ ਅਸੀਂ ਬੱਚਿਆਂ ਦੇ ਉਦੋਂ ਕੈਂਪ ਲਾਇਏ ਸੀ ਉਦੋਂ ਆਏ ਸੀ ਇਹ ਬੜਾ ਵਧੀਆ ਉਪਰਾਲਾ ਹੈ ਅਸਲੀ ਕਾਰਜ ਹੋਈ ਨੇ ਜਿਹੜੇ ਬੱਚਿਆਂ ਦੇ ਕੈਂਪ ਲੱਗਦੇ ਨੇ ਉਹ ਜਿਹੜੇ ਬੱਚੇ 4 ਦਿਨ 5 ਦਿਨ 7 ਦਿਨ ਹਫ਼ਤਾ ਕੈਂਪ ਅਟੈਂਡ ਕਰਦੇ ਆ ਉਹ ਜ਼ਿੰਦਗੀ ਚ ਗੱਲਾਂ ਨਹੀਂ ਭੁੱਲਦੀਆਂ ਬੱਚਿਆਂ ਨੂੰ ਸਰ ਉਹ ਜ्यों-ਜ्यों ਵੱਡੇ ਹੁੰਦੇ ਆ ਫਿਰ ਜਿਹੜੀਆਂ ਧੀਆਂ ਉਹਨਾਂ ਕੈਂਪਾਂ ਵਿੱਚੋਂ ਨਿਕਲਦੀਆਂ ਨੇ ਅਟੈਂਡ ਕਰਕੇ ਕੈਂਪ ਜਦੋਂ ਵਿਆਹੀਆਂ ਜਾਂਦੀਆਂ ਨੇ ਉਹ ਫਿਰ ਅੱਗੇ ਆਪਣੇ ਬੱਚਿਆਂ ਨੂੰ ਦੱਸਦੀਆਂ ਕਿ ਕਦੀ ਸਾਡੇ ਸ਼ਹਿਰ ਸਾਡੇ ਉਸ ਇਲਾਕੇ 'ਚ ਗੁਰਮਤ ਦਾ ਕੈਂਪ ਲੱਗਾ ਸੀ ਤੇ ਉਹ ਫਿਰ ਉਹ ਬੀਜ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੇ ਦਿਮਾਗ 'ਚ ਵੀ ਬੀਜਣ ਦਾ ਯਤਨ ਕਰਦੀਆਂ ਨੇ ਜਿਹੜੇ ਨੌਜਵਾਨ ਪੜ੍ਹ ਕੇ ਉਹਨਾਂ ਕੈਂਪਾਂ 'ਚੋਂ ਅੱਗੇ ਨਿਕਲਦੇ ਨੇ ਤੁਸੀਂ ਕਰਕੇ ਵਾਅਦਾ ਇਹ ਨਾ ਕੈਂਪਾਂ ਦਾ ਲਾਭ ਪ੍ਰਾਪਤ ਕਰਿਆ ਕਰੋ ਸ਼ੌਂਕ ਨਾਲ ਬੱਚਿਆਂ ਨੂੰ ਭੇਜਿਆ ਕਰੋ ਪਤਾ ਨਹੀਂ ਕਿਹੜੇ ਵਕਤ ਕਿਹੜਾ ਸ਼ਬਦ ਕਿਹੜੀ ਸਿੱਖਿਆ ਸਾਡੇ ਪੁੱਤ ਧੀ ਦੇ ਕੰਮ ਆ ਜਾਣੀ ਹੈ। ਅੱਗ ਬਹੁਤ ਲੱਗੀ ਹੋਈ ਹੈ ਚਾਰੇ ਬੰਨੇ। ਪਰ ਬੁਝਾਉਣ ਦਾ ਯਤਨ ਕਰੀਏ ਇੱਕ ਸ਼ੁਕਰ ਹੈ ਕਿ ਜੇ ਕੋਈ ਕਿਸੇ ਇਲਾਕੇ 'ਚ ਕੋਈ ਪ੍ਰਬੰਧਕ ਕਮੇਟੀ ਕੋ ਨੌਜਵਾਨ ਚਾਰ ਰਲ ਕੇ ਇਦਾਂ ਦਾ ਕੋਈ ਉਪਰਾਲਾ ਕਰਦੇ ਆ ਤੇ ਸਾਨੂੰ ਸੰਗਤ ਨੂੰ ਸਾਰਿਆਂ ਨੂੰ ਰਲ ਮਿਲ ਕੇ ਉਹਨਾਂ ਦਾ ਸਾਥ ਦੇਣਾ ਚਾਹੀਦਾ। ਸਾਥ ਦੇਣਾ ਚਾਹੀਦਾ। ਤੋ ਆਓ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ ਆਪਣੇ ਘਰਾਂ ਚ ਬਾਣੀ ਦੀਆਂ ਪੋਥੀਆਂ ਰੱਖੋ ਪੈਣੋ ਵੀਰੋ ਬਜ਼ੁਰਗੋ ਸਹਿਜ ਪਾਠ ਕਰੋ ਤੇ ਆਪਣੇ ਜੀਵਨ ਕਾਲ ਦੇ ਅੰਦਰ ਜੇ ਬਾਣੀ ਨਹੀਂ ਪੜਨ ਦਾ ਟਾਈਮ ਕਿਸੇ ਕੋਲੋਂ ਸੁਣ ਲਓ ਜਿਨ੍ਹਾਂ ਨੇ ਅਜੇ ਤੱਕ ਇੱਕ ਵਾਰ ਵੀ ਜ਼ਿੰਦਗੀ ਸਹਿਜ ਪਾਠ ਨਹੀਂ ਕੀਤਾ ਉਹ ਜ਼ਰੂਰ ਆਰੰਭ ਕਰੋ ਇਹ ਸਵਾਦ ਜਦਨ ਪੈ ਗਿਆ ਬਾਣੀ ਦੇ ਸਹਿਜ ਇੱਕ ਸੁਝਾ ਮੈਂ ਅਖੀਰ ਤੇ ਜ਼ਰੂਰ ਦੇਵਾਂਗਾ ਜਿਨ੍ਹਾਂ ਪੁੱਤਰਾ ਧੀਆ ਦੇ ਜੇ ਆਨੰਦ ਕਾਰਜ ਹੋਣੇ ਨੇ ਕੋਸ਼ਿਸ਼ ਕਰੋ ਉਹਨਾਂ ਨੂੰ ਇਹ ਸਿੱਖਿਆ ਦਿਓ ਕਿ ਪੁੱਤਰਾ ਆਪਣੇ ਆਨੰਦ ਕਾਰਜ ਦਾ ਸਹਿਜ ਪਾਠ ਖੁਦ ਆਪ ਆਰੰਭ ਕਰ ਤੇ ਆਪੇ ਹੀ ਸਮਾਪਤੀ ਕਰ ਜਦਾਂ ਬੱਚਿਆਂ ਦੀਆਂ ਆਪਾਂ ਗੱਲਾਂ ਮੰਨਦੇ ਆਂ ਤੇ ਬੱਚਿਆਂ ਕੋਲੋਂ ਕੁਝ ਤੁਸੀਂ ਮਨਾਓ ਕਿ ਪੁੱਤ ਆਪਣੇ ਆਨੰਦ ਕਾਰਜ ਦਾ ਧੀਏ ਪੁੱਤਰਾ ਸਹਿਜ ਪਾਠ ਤੂੰ ਖੁਦ ਆਪ ਆਰੰਭ ਕਰ ਮਹੀਨਾ ਪਹਿਲਾਂ ਆਰੰਭ ਕਰ ਲਾ ਪਹਿਲਾਂ 1.5-2 ਮਹੀਨੇ ਪਹਿਲਾਂ ਆਰੰਭ ਕਰ ਲਓ ਤਾਂ ਕਿ ਬੱਚਿਆਂ ਨੂੰ ਸਾਰੀ ਜ਼ਿੰਦਗੀ ਚੇਤਾ ਰਹੂ ਉਹ ਅੱਗੇ ਆਪਣੇ ਪੋਤਰੇ ਪੜਪੋਤਰਿਆਂ ਤੱਕ ਦੱਸਣਗੇ ਤੇ ਕਦੀ ਉਹ ਤੁਹਾਡਾ ਨਾਮ ਲਿਆ ਕਰਨਗੇ ਕਿ ਮੇਰੇ ਮਾਂ ਬਾਪ ਨੇ ਮੈਨੂੰ ਇਦਾਂ ਕਿਹਾ ਸੀ ਪਰ ਇਹ ਉਹੋ ਹੀ ਮਾਂ ਬਾਪ ਕਹਿਣਗੇ ਜਿਨ੍ਹਾਂ ਨੂੰ ਖੁਦ ਬਾਣੀ ਪੜਨ ਦਾ ਸ਼ੌਂਕ ਹੈਗਾ ਆਓ ਸ਼ੌਂਕ ਪਾਲੀਏ ਬਾਣੀ ਦੀ ਵਿਚਾਰ ਜ਼ਿੰਦਗੀ ਚ ਲੈ ਕੇ ਆਈਏ ਅਖੀਰ ਤੇ ਇੱਕ ਵਾਰੀ ਇਹਨਾਂ ਤੁਕਾਂ ਦਾ ਪਾਠ ਕਰੀਏ ਫਿਰ ਸਮਾਪਤੀ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ 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 ਜਲਨ 부ਜੀ ਸਤਲ ਹੋਏ ਮਨਵਾ ਜਲਨ 부ਜੀ ਸਤਲ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਏ ਜਿਉ 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 বা এক গৌর বা গৌর একো শব্দ বিচার একো শব্দ বিচার ਕਿਸ ਹੀ ਕੋਈ ਕੋਏ ਕਿਸ ਹੀ ਕੋਈ ਕੋਏ ਕੋਈ ਕੋਈ ਕੋਏ ਮੰਜਨ ਮਾਣੀ ਇਕ ਤੂੰ ਮੰਜਨ ਮਾਣੀ ਇਕ ਤੂੰ ਮੰਜਨ ਮਾਣੀ ਇਕ ਤੂੰ ਕਿਉ ਨ ਮਰੀ ਜੈ ਰੋਏ ਕਿਉਂ ਨ ਮਰੀ ਜੈ ਰੋਏ ਜਾਂ ਲਗ ਚੇਤਨਾ ਆਵਹੀਂ ਜਾਂ ਲਗ ਚੇਤਨਾ ਆਵਹੀਂ ਆਉ ਕੋਸ਼ਿਸ਼ ਕਰੀਏ ਕਿ ਆਪਣੇ ਘਰਾਂ ਵਿੱਚ ਸਤਿਗੁਰ ਦੀ ਬਾਣੀ ਦੀਆਂ ਪੋਥੀਆਂ ਰੱਖ ਕੇ ਸਹਿਜ ਪਾਠ ਆਪ ਆਰੰਭ ਕਰੀਏ ਆਪ ਆਪਣੇ ਜੀਵਨ ਦੇ ਵਿੱਚ ਗੁਰਬਾਣੀ ਖੁਦ ਪੜ੍ਹੀਏ ਆਪਣੇ ਬੱਚਿਆਂ ਨੂੰ ਚੰਗੇ ਵਿਚਾਰ ਚੰਗੇ ਸੰਸਕਾਰ ਖੁਦ ਦੇਣ ਦਾ ਯਤਨ ਕਰੀਏ ਸਭ ਤੋਂ ਪਹਿਲਾ ਟੀਚਰ ਹੀ ਬੱਚੇ ਦਾ ਮਾਂ-ਬਾਪ ਹੈ ਜੋ ਜੋ ਬੱਚੇ ਨੂੰ ਮਾਂ ਨੇ ਸਿਖਾ ਦੇਣਾ ਹੈ ਘਰੋਂ ਜੋ ਮਿਲ ਜਾਣਾ ਹੈ ਉਹ ਬਾਹਰੋਂ ਨਹੀਂ ਪ੍ਰਾਪਤ ਹੋ ਸਕਦਾ ਪਹਿਲਾ ਟੀਚਰ ਮਾਂ ਹੈ ਜਿੱਦਾਂ ਦੇ ਵਿਚਾਰ ਉਹ ਆਪਣੇ ਬੱਚੇ ਦੇ ਅੰਦਰ ਪਾਉਣਾ ਚਾਹੇ ਸਮਾਜ ਵਿੱਚ ਅਨੇਕਾਂ ਐਗਜ਼ੈਂਪਲਾਂ ਮਿਲ ਜਾਣਗੇ ਆ ਜਿਹੜੇ ਦੁਨੀਆ ਤੇ ਮਨੋਖ ਕਿਤੇ ਕਾਮਯਾਬ ਹੋਏ ਉਹਨਾਂ ਦੇ ਕੰਨਾਂ ਵਿੱਚ ਕਿਤੇ ਨਾ ਕਿਤੇ ਘੋਲ ਕੇ ਜੋ ਇਹ ਸ਼ਬਦ ਪਹਿਲੇ ਪਏ ਉਹ ਮਾਂ-ਬਾਪ ਵੱਲੋਂ ਪਏ ਜਦੋਂ ਜੀਵਨ ਵਧੀਆ ਬਣਨਾ ਹੈ ਤੇ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣਾ ਇਹ ਫਰਜ਼ ਵੀ ਨਿਭਾਈਏ ਕੱਲਾ ਇਹੋ ਹੀ ਸਾਡੀ ਜ਼ਿੰਮੇਵਾਰੀ ਨਹੀਂ ਕਿ ਬੱਚੇ ਦਾ ਜਨਮ ਹੋ ਗਿਆ ਤੇ ਸਾਡੀ ਜ਼ਿੰਮੇਵਾਰੀ ਲੈ ਗਈ ਉਹਨਾਂ ਨੂੰ ਅੱਗੇ ਚੰਗੇ ਸੰਸਕਾਰ ਦੇਣੇ ਜਿਵੇਂ ਕੋਈ ਨਰਸਰੀ ਚੋਂ ਬੂਟਾ ਲਿਆ ਕੇ ਲਾ ਦਈਏ ਇੰਨਾ ਹੀ ਕੰਮ ਨਹੀਂ ਹੁੰਦਾ ਉਹਨੂੰ ਪਾਣੀ ਵੀ ਦੇਣਾ ਹੁੰਦਾ ਉਹਦੇ ਬੰਨੇ-ਬੰਨੇ ਲੋਹੇ ਦਾ ਜੰਗਲਾ ਵੀ ਲਾਉਣਾ ਪੈਂਦਾ ਵੀ ਰਾਹ ਜਾਂਦਾ ਕੋਈ ਪਸ਼ੂ ਉਤੋਂ ਕੁੰਬਲੀ ਨਾ ਖਾ ਜਾਏ ਇਦਾਂ ਹੀ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਨੂੰ ਪਾਲਣਾ ਇਹਨਾਂ ਨੂੰ ਚੰਗੇ ਵਿਚਾਰ ਦੇਣੇ ਚੰਗੇ ਸੰਸਕਾਰ ਦੇਣੇ ਮੈਂ ਕਈ ਵਾਰੀ ਮਹਿਸੂਸ ਕਰਦਾ ਅਨੇਕਾਂ ਵਿਦਵਾਨਾਂ ਨੇ ਇੱਕ رائے ਪ੍ਰਗਟਾਈ ਹੈ ਵੀ ਦੁਨੀਆਂ ਵਿੱਚ ਸਭ ਤੋਂ ਵੱਡਾ ਭਲਾ ਕੰਮ ਪਤਾ ਕਿਹੜਾ ਹੈ ਇਹ ਸਮਾਜ ਨੂੰ ਨੇਕ ਔਲਾਦ ਦੇ ਕੇ ਜਾਣਾ ਸਭ ਤੋਂ ਵੱਡਾ ਭਲੇ ਦਾ ਕੰਮ ਹੈ ਤੁਸੀਂ ਕਿਸੇ ਨੂੰ ਘਰ ਬਣਾ ਕੇ ਦੇ ਕੇ ਜਾਓਗੇ ਉਹ ਤੇ ਸਮਾਂ પાਕੇ ਟਹਿ ਜਾਣਾ ਹੈ ਪਰ ਜੇ ਤੁਸੀਂ ਨੇਕ ਔਲਾਦ ਦਿਓਗੇ ਨੇ ਪਤਾ ਨਹੀਂ ਕਿੰਨਿਆਂ ਨੂੰ ਅੱਗੇ ਵਿਚਾਰ ਉਹ ਨੇਕ ਸੋਚ ਕਿੰਨਿਆਂ ਤੱਕ ਪੈਦਾ ਕਰ ਦੇਣੀ ਹੈ ਜਿਹੜੀ ਨੇਕ ਵਿਚਾਰ ਹੈ ਗਾਂ ਦੀ ਗਾਂ ਤੁਰੀ ਜਾਣੀ ਇਹੋ ਹੀ ਤੇ ਹੈ ਜਿਹੜਾ ਗਿਆਨ ਹੁੰਦਾ ਜਿਹੜੀ ਵਿਚਾਰ ਹੁੰਦੀ ਹੈ ਜਦੋਂ ਵੰਡਦੇ ਆ ਤੇ ਵੱਧਦੀ ਆ ਗਿਆਨ ਇੱਕ ਐਸਾ ਐਸਾ ਖਜ਼ਾਨਾ ਵਾ ਜਿਹੜਾ ਕਿਸੇ ਨਾਲ ਸ਼ੇਅਰ ਕਰੀਏ ਤੇ ਘਟਦਾ ਨਹੀਂ ਬਲਕਿ ਵੱਧਦਾ ਮੰਨ ਲਓ ਐਗਜ਼ਾਮਪਲ ਹੈ ਤੁਹਾਡੀ ਜੇਬ ਵਿੱਚ 1 ਰੁਪਿਆ ਹੈ ਤੁਹਾਡਾ ਦੋਸਤ ਉਹਦੇ ਕੋਲ ਵੀ 1 ਰੁਪਿਆ ਹੈ ਤੁਸੀਂ ਦੋਨੋਂ ਜਾਣੇ ਕਹਿੰਦੇ ਵੀ ਤੂੰ ਆਪਣਾ 1 ਰੁਪਿਆ ਮੈਨੂੰ ਦੇ ਦੇ ਤੇ ਮੇਰੇ ਕੋਲੋਂ 1 ਰੁਪਿਆ ਤੂੰ ਲੈ ਲੈ ਤੁਸੀਂ ਵਟਾ ਲਏ ਆਪਸ ਵਿੱਚ ਪਰ ਦੋਨਾਂ ਕੋਲੋਂ ਇੱਕ ਇੱਕ ਰੁਪਿਆ ਹੀ ਫੇਰ ਰਹਿਣਾ ਕਿਉਂਕਿ ਦੋਵਾਂ ਨੇ ਵਟਾਏ ਆ ਪਰ ਜੇ ਦੋਨਾਂ ਕੋਲ ਇੱਕ ਇੱਕ ਚੰਗਾ ਵਿਚਾਰ ਹੋਏਗਾ ਇੱਕ ਵਿਚਾਰ ਚੰਗਾ ਤੁਹਾਡੇ ਦੋਸਤ ਨੇ ਤੁਹਾਨੂੰ ਸੁਣਾਇਆ ਇੱਕ ਚੰਗਾ ਵਿਚਾਰ ਤੁਸੀਂ ਆਪਣੇ ਦੋਸਤ ਨੂੰ ਸੁਣਾਇਆ ਤੁਹਾਡੇ ਦੋਨਾਂ ਕੋਲ ਹੁਣ ਕਿਨੇ ਕਿਨੇ ਵਿਚਾਰ ਹੋ ਗਏ ਜੀ ਦੋ ਦੋ ਵਿਚਾਰ ਚੇਂਜ ਇੱਕ ਦੂਜੇ ਨਾਲ ਸਾਂਝੇ ਕੀਤੇ ਤੇ ਵਿਚਾਰ ਦੋ ਦੋ ਹੋ ਗਏ ਪਰ ਦੌਲਤ ਉਨੀ ਨਹੀਂ ਰਹੀ ਨਾ ਉਹਨੇ ਵੀ ਤੁਹਾਨੂੰ 10 ਰੁਪਏ ਦਿੱਤੇ ਤੁਸੀਂ ਵੀ 10 ਦਿੱਤੇ ਤੁਹਾਡੇ ਕੋਲ ਵੀ 10 ਰਹਿ ਗਏ ਉਹਦੇ ਕੋਲ ਵੀ 10 ਰਹਿ ਗਏ ਪਰ ਜੇ 10 ਤੁਹਾਡੇ ਕੋਲ ਚੰਗੇ ਵਿਚਾਰ ਆ ਤੁਸੀਂ ਆਪਣੇ ਕਿਸੇ ਦੋਸਤ ਨਾਲ ਆਪਣੇ ਫਰੈਂਡ ਨਾਲ ਕਿਸੇ ਮਿੱਤਰ ਨਾਲ ਸ਼ੇਅਰ ਕੀਤੇ ਤੁਹਾਡੇ ਕੋਲ ਵੀ 20 ਵਿਚਾਰ ਹੋਗੇ ਉਹਦੇ ਕੋਲ ਵੀ 20 ਵਿਚਾਰ ਹੋਗੇ ਇਹਨਾਂ ਵਿਚਾਰਾਂ ਨੂੰ ਜਿੰਨੀ ਮਰਜ਼ੀ ਜ਼ਿੰਦਗੀ ਚ ਕਮਾਈ ਜਾਓ ਇਹੋ ਹੀ ਤੇ ਸੀ ਖਾਂਵੇਂ ਖਰਚੇ ਨਾਲ ਮਿਲ ਭਾਈ ਟੋਟਣਾ ਆਵੇ ਇਹ ਬਾਣੀ ਦਾ ਖਜ਼ਾਨਾ ਹੈ ਜਿਹੜਾ ਸਾਨੂੰ ਵਿਚਾਰ ਗਿਆਨ ਦਿੱਤਾ ਇਹਨੂੰ ਵੰਡੋ ਖਰਚੋ ਜਿੰਨਾ ਵੰਡੋਗੇ ਜਿੰਨਾ ਖਰਚੋਗੇ ਇਹ ਘਟਣ ਦੀ ਬਜਾਏ ਉਹਨਾਂ ਵੱਧਾ ਜਾਏਗਾ। ਤੋਂ ਆਓ ਗੁਰੂ ਬਖਸ਼ਿਸ਼ ਕਰੇ ਇਥੋਂ ਦੇ ਜਿੰਨੇ ਵੀ ਪ੍ਰਬੰਧਕ ਵੀਰ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਰਲ ਮਿਲ ਕੇ ਤੁਸੀਂ ਇਹ ਸਾਰੇ ਸਮਾਗਮ ਵਿੱਚ ਹਾਜ਼ਰੀਆਂ ਲਵਾਈਆਂ ਨੇ ਲੰਗਰ ਬਣਾਉਣ ਵਾਲੇ ਲੰਗਰ ਵਰਤੌਣ ਵਾਲੇ ਜਿੰਨੀਆਂ ਵੀ ਤੁਸੀਂ ਸੇਵਾਵਾਂ ਕਰਨ ਵਾਲੇ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਇਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਸਤਿਕਾਰਯੋਗ ਗ੍ਰੰਥੀ ਸਹਿਬਾਨ ਆਓ ਸਾਰਿਆਂ ਦਾ ਧੰਨਵਾਦ ਵਿਚਾਰਾਂ ਕਰਦਿਆਂ ਭੁੱਲਾਂ ਮੇਰੀਆਂ ਜੋ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਆਓ ਜਿੱਥੇ ਅਸੀਂ ਬਾਹਰੀ ਤੌਰ ਤੇ ਪਾਤਸ਼ਾਹ ਦਾ ਪ੍ਰਕਾਸ਼ ਪੁਰਮਨਾਰੇ ਆ ਆਪਣੇ ਹਿਰਦਿਆਂ ਚ ਆਪਣੇ ਘਰਾਂ ਵਿੱਚ ਵੀ ਗੁਰਬਾਣੀ ਸਜਗ ਮੈਂ ਚਾਨਣ ਕਰਮ ਵਸੈ ਮਨ ਆਏ ਗੁਰਬਾਣੀ ਦਾ ਦੀਵਾ ਬਾਲੀਏ ਭਾਈ ਦੀਵਾ ਬਲੈ ਅੰਧੇਰਾ ਜਾਏ ਵੇਦ ਪਾਠ ਮਤ ਪਾਪਾਂ ਖਾਏ ਸਾਰਿਆਂ ਦਾ ਧੰਨਵਾਦ ਅਦਬ ਸਤਕਾਰ ਨਾਲ ਫਤਿ ਬਲਾਓ ਤੇ ਗੱਜ ਕੇ ਆਖੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ